ਕਰਦਾ ਪਾਠ ਪਾਕ ਮੰਨੇ ਕਰੀ ਜਾਂਦੀ ਹੈ ਜੀ ਪਾਠ। ਚਲੋ ਚੰਗੀ ਗੱਲ ਆ, ਤੂੰ ਐਂ ਕਰ, ਮੈਨੂੰ ਭੁੱਖ ਬਹੁਤ ਲੱਗੀ ਪਈ ਆ, ਰੋਟੀ ਬਣਾ ਲਈ ਕਿ ਬਣਾਈ ਨੀ ਹਜੇ? ਪਤਾ ਨੀ, ਦੋਨੇ ਅੰਦਰ ਹੀ ਬੜੀਆਂ ਬੈਠੀਆਂ, ਮੈਂ ਤਾਂ ਆਪ ਹਜੇ ਭੁੱਖੀ ਬੈਠੀ ਆ। ਤੁਸੀਂ ਆਵਾਜ਼ ਮਾਰੋਗਾ ਭਲਾ ਜੀ, ਕੀ ਕਰਦੀਆਂ ਨੇ? ਬੋਲ ਬੋਲ ਪੁੱਤ। ਹਾਂਜੀ ਬਾਪੂ ਜੀ। ਪੁੱਤ 10 ਵੱਜ ਗਏ, ਛੋਟੀ ਮਾਂ ਵੀ ਭੁੱਖੀ ਬੈਠੀ ਆ ਜੀ, ਰੋਟੀ ਨਹੀਂ ਬਣਾਈ? ਬਾਪੂ ਜੀ ਅੱਜ ਤਾਂ ਛੋਟੀ ਦੀ ਵਾਰੀ ਹੈ ਰੋਟੀ ਬਣਾਉਣ ਦੀ, ਮੈਨੂੰ ਤਾਂ ਐਵੇਂ ਸੀ ਕਿ ਉਹਨੇ ਰੋਟੀ ਬਣਾ ਕੇ ਤੁਹਾਨੂੰ ਖਵਾਤੀ ਹੋਏਗੀ। ਪੁੱਤ ਕਿੱਥੋਂ ਖਵਾਤੀ, ਮੈਂ ਤਾਂ ਆਪ ਭੁੱਖਾ ਆਇਆ ਸੀ, ਮੈਂ ਕਿਹਾ ਘਰੇ ਜਾ ਕੇ ਰੋਟੀ ਖਾਂਦੇ ਆ, ਆ ਤੇਰੀ ਮਾਂ ਨੂੰ ਪੁੱਛਿਆ, ਇਹ ਕਹਿੰਦੀ ਮੈਨੂੰ ਤਾਂ ਆਪ ਨਹੀਂ ਦਿੱਤੀ, ਮੈਨੂੰ ਤਾਂ ਆਪ ਭੁੱਖ ਲੱਗੀ ਪਈ ਆ। ਬੁਲਾਉਂਦੀ ਆ ਮੈਂ ਪ੍ਰੀਤੀ, ਹੱਦੋਂ ਹੀ ਪੀਦੀ ਹਲੀ ਪ੍ਰੀਤੀ। ਹੋਰ ਪੁੱਤ, ਰੋਟੀ ਦਾ ਵੀ ਤੁਹਾਨੂੰ ਪਤਾ ਕੋਈ ਟਾਈਮ ਹੁੰਦਾ ਗਾ। ਬਾਪੂ ਜੀ ਮੈਂ ਤਾਂ ਇਹਦੇ ਕਰਕੇ ਇੰਤਜ਼ਾਰ ਕਰਦੀ ਪਈ ਸੀ, ਮੈਨੂੰ ਕੀ ਪਤਾ ਇਹਨੇ ਤਾਂ ਕੰਮ ਹੀ ਨਹੀਂ ਕਰਿਆ। ਤੇਰੀ ਅੱਜ ਵਾਰੀ ਸੀ ਰੋਟੀ ਬਣਾਉਣ ਦੀ। ਮੈਂ ਤਾਂ ਬਾਪੂ ਡੰਗਰਾਂ ਦਾ ਕਰੀ ਜਾਂਦੀ ਸੀ, ਪਸ਼ੂਆਂ ਦਾ, ਮੈਂ ਤਾਂ ਆਇਆ ਸੀ ਕਿ ਛੁੱਪੱਟੀ ਖਵਾ ਦੂਗੀ। ਲੈ ਭਾਈ ਵੱਡੀ ਕਹਿੰਦੀ ਛੋਟੀ ਖਵਾ ਦੂ, ਛੋਟੀ ਕਹਿੰਦੀ ਵੱਡੀ ਖਵਾ ਦੂਗੀ, ਛੋਟੇ ਚੱਕਰਾਂ 'ਚ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਦੇਖੋ ਜੀ ਆਪ ਤਾਂ ਇਹ ਚਾਹ ਨਾਲ ਬਿਸਕੁਟ ਖਾ ਲੈਂਦੇ ਨੇ, ਆਪਣਾ ਇੱਥੇ ਖੁੱਡਾ ਰੜੀ ਜਾਂਦਾ ਗਾ, 10 ਤੋਂ ਉੱਪਰ ਟਾਈਮ ਹੋ ਗਿਆ, ਆਪਣੀ ਤਾਂ ਇਹਨਾਂ ਨੂੰ ਭੋਰਾ ਫਿਕਰ ਨਹੀਂ ਹੈਗੀ। ਮੈਂ ਤਾਂ ਤੁਹਾਨੂੰ ਐਂ ਕਹਿਣੀ ਆ, ਇਹਨਾਂ ਨੂੰ ਦੋਨਾਂ ਨੂੰ ਨਾ ਅਲੱਗ ਅਲੱਗ ਕਰ ਦਿਓ, ਤੇ ਇਹਨਾਂ ਨੂੰ ਅਲੱਗ ਕਰਕੇ ਆਪਾਂ ਸੌਖੇ ਰਹਾਂਗੇ, ਕਮ ਸੇ ਕਮ ਆਪਾਂ ਆਪਦੀ ਰੋਟੀ ਤਾਂ ਸੌਖ ਨਾਲ ਖਾ ਲਾਂਗੇ, ਇੱਕ ਧਿਰ ਦੇ ਤਾਂ ਹੋ ਜਾਵਾਂਗੇ, ਇਹਨਾਂ ਦੇ ਚੱਕਰਾਂ 'ਚ ਆਪਾਂ ਭੁੱਖੇ ਮਰ ਜਾਵਾਂਗੇ। ਇਹਨਾਂ ਦੀ ਤਾਂ ਨਾ ਬਾਰੀ ਨਹੀਂ ਰੋਟ ਆਉਂਦੀ, ਕਦੇ ਕਹਿੰਦੀ ਉਹ ਪਕਾਊ, ਕਦੇ ਉਹ ਕਹਿੰਦੀ ਉਹ ਪਕਾਊ, ਆਪਾਂ ਤਾਂ ਇਹਨਾਂ ਨੂੰ ਅੱਡ ਹੀ ਕਰ ਦਿਓ, ਚੰਗੇ ਰਹਾਂਗੇ। ਉਹ ਤਾਂ ਤੇਰੀ ਗੱਲ ਠੀਕ ਆ, ਇਹਨਾਂ ਦੇ ਬਾਰੀ ਦੇ ਚੱਕਰਾਂ 'ਚ ਆਪਾਂ ਭੁੱਖੇ ਜ਼ਰੂਰ ਮਰ ਜਾਵਾਂਗੇ। ਹਾਂ ਉਹ ਫਿਰ ਇਹੀ ਕੰਮ ਕਰਨਾ ਪਊਗਾ, ਮੈਂ ਤਾਂ ਸੋਚਿਆ ਸੀਗਾ ਵੀ ਜਿੰਨਾ ਚੱਕਰ ਮੈਂ ਜਾਉਂਦਾ ਜਾਗਦਾ ਗਾ ਉਹਨਾਂ ਚੱਕਰ ਦੇ ਮੁੰਡਿਆਂ ਨੂੰ ਅੱਡ ਨਹੀਂ ਕਰਦਾ, ਪਰ ਮਜਬੂਰ ਹੋ ਕੇ ਮੈਨੂੰ ਲੋਕਾਂ ਵੱਲੋਂ ਇਹ ਕੰਮ ਕਰਨਾ ਪਊਗਾ। ਉਹ ਪਰ ਕਿਸੇ ਮਾਂ ਪਿਓ ਦਾ ਜੀ ਨਹੀਂ ਕਰਦਾ ਆਪਦੇ ਧੀ ਪੁੱਤ ਅੱਡ ਕਰਨ ਨੂੰ, ਪਰ ਮੈਨੂੰ ਹੁਣ ਸਮਝ ਆਈ ਆ ਲੋਕ ਆਪਦੇ ਧੀ ਪੁੱਤ ਨੂੰ ਕਿਉਂ ਅੱਡ ਕਰਦੇ ਨੇ। ਹਾਂ ਤੁਹਾਡੀ ਗੱਲ ਸਹੀ ਹੈ, ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਨਾ, ਦੋਨੇ ਜਾਣੀਆਂ ਅੰਦਰ ਵੜ ਕੇ ਬਹਿ ਜਾਂਦੀਆਂ, ਦੇਖਦੀਆਂ ਨੇ ਵੀ ਉਹ ਬਣਾਓ ਚਾਹ ਪਾਣੀ ਕਿ ਉਹ ਬਣਾਓ, ਹਾਰ ਕੇ ਮੈਨੂੰ ਬਣਾਉਣੀ ਪੈਂਦੀ ਹੈ ਚਾਹ, ਤੇ ਨਾਲੇ ਆਉਂਦੇ ਰਿਸ਼ਤੇਦਾਰਾਂ ਤੋਂ ਸ਼ਰਮ, ਇਹਨਾਂ ਨੂੰ ਤਾਂ ਨਹੀਂ ਸ਼ਰਮ ਸੰਗ ਹੈਗੀ। ਆਪਾਂ ਵੀ ਰਿਸ਼ਤੇਦਾਰਾਂ ਦੇ ਕੋਲੇ ਬੈਠੇ ਹੁੰਦੇ ਆ, ਅਗਲਾ ਸੋਚਦਾ ਇਹਨੇ ਨੂੰਹਾਂ ਚਾਹ ਪਾਣੀ ਕਿਉਂ ਨਹੀਂ ਲੈ ਕੇ ਆਉਂਦੀਆਂ, ਖਣੀ ਕੋਈ ਇਹਨਾਂ ਦੀ ਇੱਜ਼ਤ ਹੀ ਹੈ ਨੀਗੀ, ਕਹਿੰਦੇ ਮੇਰੇ ਦੋਨੇ ਪੁੱਤਾਂ ਨੂੰ ਅੱਜ ਕੋਲੇ ਵਹਾ ਕੇ ਨਾ ਕਹਿ ਦੂੰਗਾ ਭਾਈ ਤੁਸੀਂ ਆਪਦੇ ਰੋਟੀਆਂ ਅੱਡ ਲਾ ਲਿਆ ਕਰੋ, ਇਹ ਆਪਦੀਆਂ ਅੱਡ ਲਾ ਲਿਆ ਕਰਨਗੇ, ਦੋਨੇ ਭਰਾ ਆਪਦੀਆਂ ਡੋਡੀ ਲਾ ਲਿਆ ਕਰੋ, ਜੇ ਸਾਨੂੰ ਕਿਸੇ ਨੇ ਦੇਣੀ ਤਾਂ ਦੇ ਕਰੋ, ਨਹੀਂ ਅਸੀਂ ਵੀ ਆਪਦੀਆਂ ਅੱਡ ਲਾ ਲਿਆ ਕਰਾਂਗੇ, ਸਾਥ ਨਹੀਂ ਰੋਜ਼ ਭੁੱਖੇ ਮਰੀਦਾ, ਹੁਣ ਤਾਂ ਭਾਈ ਲਿਆ ਰੋਟੀਆਂ ਕਹੀਂ ਬੈਠੇ ਰਹਾਂਗੇ। ਹਾਂ ਹਜੇ ਵੀ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੀਆਂ ਨੇ, ਕੰਮ ਪਹਿਲਾਂ ਕਰ ਲੈਂਦੀ, ਇੰਨੀਆਂ ਸੁਣੀਆਂ ਨਾ ਪੈਂਦੀਆਂ ਬੇਬੇ ਬਾਪੂ ਤੋਂ। ਲੈ ਭਾਈ ਇਹ ਕੀ ਸੁਣਨੀਆਂ ਪਈਆਂ, ਰੋਟੀ ਪਾਣੀ ਨੂੰ ਕਿਹਾ ਹੈਗਾ, ਸੱਚ ਕੌੜਾ ਲੱਗਦਾ ਇਹਨਾਂ ਨੂੰ। ਫੇ ਬੇਬੇ ਮੇਰੀ ਕੀ ਗਲਤੀ ਆ, ਅੱਜ ਉਹਦੀ ਵਾਰੀ ਸੀਗੀ ਛੋਟੀ ਦੀ, ਤਾਂ ਹੀ ਉਹਦੇ ਆ ਵਾਰੀ ਵਾਰੀ ਦੇ ਚੱਕਰਾਂ 'ਚ ਨਾ ਆਪਾਂ ਤਾਂ ਭੁੱਖੇ ਮਰ ਜਾਂਦੇ। ਵਾਰੀ ਸੀ ਪੁੱਤ, ਵਾਰੀ ਸਮਝਣ ਵੀ ਚਾਹੀਦੀ ਆ, ਚੱਲ ਛੋਟੇ ਮੰਗ ਲਾ ਲੈਣਾ, ਚੱਲ ਉਹਦੀ ਵਾਰੀ ਸੀ, ਫਿਰ ਉਹਨੇ ਵਾਰੀ ਆਦੀ ਕਿਉਂ ਨਹੀਂ ਸਮਝੀ? ਬਾਪੂ ਜੀ ਮੈਂ ਆਪਣੇ ਸਾਰੇ ਕੰਮ ਨਾ ਖੁਦ ਕਰ ਲੈਂਦੀ ਆ, ਉਹ ਛੋਟੀਓ ਨਹੀਂ ਕਰਦੀ ਹੈਗੀ, ਉਹਨੂੰ ਕਿਹਾ ਕਰੋ ਜੋ ਕੁਝ ਕਹਿਣਾ, ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ। ਪੁੱਤ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ, ਆਪਾਂ ਤਾਂ ਰੋਟੀ ਮਿਲਣੀ ਚਾਹੀਦੀ ਆ, ਇਹ ਹਿਸਾਬ ਕਿਤਾਬ ਤੁਹਾਡਾ, ਜੇ ਤੁਸੀਂ ਆਪਦੇ ਆਪਦੇ ਹਿਸਾਬ ਨਾਲ ਚੱਲਿਆ ਕਰੋ, ਇੱਕ ਜਾਣੀ ਪਸ਼ੂ ਦਾ ਕਰ ਲਿਆ ਕਰੋ, ਇੱਕ ਜਾਣੀ ਰੋਟੀ ਟੁੱਟ ਦਾ ਕਰ ਲਿਆ ਕਰੋ, ਇਹ ਤਾਂ ਐਂ ਵੀ ਹੋ ਸਕਦਾ ਸੀਗਾ। ਹੁਣ ਮੈਂ ਜੇ ਤੁਹਾਨੂੰ ਰੋਜ਼ ਕਹਿਣਾ ਗਾ, ਤੁਸੀਂ ਕਹੋਗੇ ਸਾਨੂੰ ਵਾਰੀ ਵਾਰੀ ਟੋਕਦਾ ਗਾ, ਇਹ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਤੁਹਾਨੂੰ ਕਹਿੰਦਾ। ਆਹ ਗੱਲ ਤੋਂ ਡਰਦੀ ਮਾਰੀ ਤਾਂ ਮੈਂ ਤਾਂ ਆਪ ਪਾਸੇ ਮੰਜਾ ਡਾ ਕੇ ਬਹਿ ਜਾਂਦੀ ਹਾਂ, ਚੱਲ ਆਪਦਾ ਰੱਬ ਰੱਬ ਕਰ ਲਾ ਵੀ ਜਦੋਂ ਰੋਟੀ ਦਾ ਟਾਈਮ ਹੋਗਾ ਲਾ ਲੈਣਗੇ, ਇਹਨੂੰ ਤਾਂ ਗੌਰ ਹੀ ਨਹੀਂ ਕਰਦੀਆਂ, ਫਿਰ ਕੀ ਕਰੀਏ ਹੁਣ। ਦੇਖ ਲਾ ਹਜੇ ਵੀ ਗੁੱਸਾ ਆਇਆ ਇਹਨਾਂ ਨੂੰ,
ਉਹ ਗੁੱਸੇ ਵਾਲੀ ਤਾਂ ਮੈਨੂੰ ਗੱਲ ਦਿੰਦੀ ਨੀ ਕੋਈ, ਰੋਟੀ ਮੰਗੀ ਆ। ਜੇ ਭਾਈ ਰੋਟੀ ਦੇਣੀ ਵੀ ਦੁੱਬਰ ਲੱਗਦੀ ਆ, ਤੂੰ ਆਪਦੀਆਂ ਦੋ ਲਾ ਕੇ ਆਪ ਖਾ ਲਿਆ ਕਰਾਂਗੇ, ਹੋਰ ਕੀ ਆ। ਚੱਲ ਕੋਈ ਨੀ, ਬਣਾ ਲਿਆਉਂਦੀਆਂ ਹੁਣ, ਸਬਰ ਕਰ 10 ਮਿੰਟ। ਉਹ ਸਬਰ ਕਰਦਾ, ਜੇ ਮੰਗੀ ਰੋਟੀ ਮੰਗ ਕੇ ਮੰਗੀ ਕਿਸੇ ਜੀ ਨਾ ਮੰਗੀ, ਤਾਂ ਮਿੰਨਤ ਵਾਲੀ ਗੱਲ ਹੋ ਗਈ। ਭਾਈ ਲਿਆ ਦਿਓ, ਟਾਈਮ ਹੋ ਗਿਆ ਸੰਨੀ ਦਾ ਸੁਣੀ ਕਰੀ ਦੇ ਮਾਈ ਯਾਰ, ਕੱਪੜੇ ਵੀ ਅੱਜ ਚਿੱਟੇ ਪਾਈ ਫਿਰਦਾ, ਲੜੂਗੀ ਮੇਰੇ ਨਾਲ। ਉਹ ਕੀ ਕਰੀ ਇੰਨੀ ਹੈ, ਮੈਂ ਸੋਚਦੀ ਸੀ ਸੰਨੀ ਰਲਾ ਦਿੰਦੀ ਹਾਂ ਮੈਂ। ਉਹ ਤੈਨੂੰ ਪਤਾ ਹੈਗਾ ਮੈਂ ਕਰਦਾ ਨਾ ਸੰਨੀ, ਥੋੜੀ ਤਾਂ ਅੱਜ ਮੋਟਰ ਦੀ ਵਾਰੀ ਸੀ, ਮੈਨੂੰ ਆਇਆ ਸੀ ਤੁਸੀਂ ਲੇਟ ਆਓਗੇ। ਉਹ ਕੋਈ ਗੱਲ ਨੀ, ਮੋਟਰ ਦੇ 2 ਵਜੇ ਤੱਕ ਹੁੰਦੀ ਆ ਵਾਰੀ, ਤੂੰ ਫਿਰ ਪਸ ਭੁੱਖੇ ਮਰੀ ਜਾਂਦੇ ਸੀਗੇ। ਚੱਲ ਤੂੰ ਐਂ ਕਰ, ਚਾਹ ਬਣਾ ਮੈਂ ਕਰਦਾ ਸੰਨੀ, ਵਧੀਆ ਜਿਹੀ ਬਣਾ ਲਈ, ਲੌਂਗ ਲੈ ਚਾਹ ਪਾ ਲੈ। ਚੰਗਾ ਬਾਪੂ ਵਾਧੂ ਬੋਲੀ ਗਏ। ਤੂੰ ਕੀ ਗੱਲ ਹੋ ਗਈ? ਬੇਬੇ ਬਾਪੂ ਦੋਨੋਂ ਬੋਲੇ, ਮੈਂ ਮੰਨਦੀ ਮੇਰੀ ਵਾਰੀ ਸੀ, ਠੀਕ ਹੈ ਮੇਰੀ ਵਾਰੀ ਸੀ ਬਾਪੂ ਨੂੰ ਰੋਟੀ ਦੇਣ ਦੀ, ਠੀਕ ਹੈ ਵਾਰੀ ਤੇਰੀ ਰੋਟੀ ਦੇਣ ਦੀ। ਹਾਂ ਫਿਰ ਤੇ ਉਹ ਮੈਂ ਉਹਦਾ ਸੰਨੀ ਰਲਾਉਣ ਲੱਗ ਗਈ ਹਨਾ, ਤੇ ਉਹ ਪਸ਼ੂ ਭੁੱਖੇ ਮਰਦੇ ਪਏ ਸੀਗੇ, ਮੈਂ ਸੰਨੀ ਰਲਾਉਣ ਲੱਗ ਗਈ, ਇੰਨੇ ਚ ਬੋਲਣ ਲੱਗ ਗਈ ਝਿੜਕ ਕੇ ਹਨਾ, ਤੇ ਕਹਿੰਦੀ ਕਹਿੰਦੀ ਉਹ ਬਾਪੂ ਨੂੰ ਬੋਲਣ ਲੱਗ ਗਈ, ਕਹਿੰਦੀ ਵਾਰੀ ਤਾਂ ਉਹਦੀ ਆ। ਮੈਂ ਕਿਹਾ ਮੈਂ ਇੱਧਰ ਪਸ਼ੂਆਂ ਨੂੰ ਕਰੀ ਜਾਂਦੀ ਸੀਗੀ, ਤੇ ਹੁਣ ਬਾਪੂ ਪਤਾ ਕੀ ਗੱਲ ਕਹਿ ਰਹੇ ਆ? ਹਾਂ ਕੀ ਆ? ਮੈਂ ਅਲੱਗ ਕਰਨਗੇ ਜੇ ਤੇਰੀ ਵਾਰੀ ਸੀ ਤੇ ਵੱਡੀ ਦੇ ਜਾਂਦੀ ਰੋਟੀ, ਐਡੀ ਰੋਟੀ। ਉਹੀ ਤਾਂ ਗੱਲ ਆ, ਫਿਰ ਮੈਂ ਕੰਮ ਕਰੀ ਜਾਂਦੀ ਸੀਗੀ ਯਾਰ। ਤੁਹਾਡਾ ਵੀ ਸਰਾਪ ਹੈ, ਰੋਟੀ ਵੀ ਨਹੀਂ ਖਵਾ ਦੇ ਦੋ ਜਣਿਆਂ ਨੂੰ ਤੁਸੀਂ ਨਾ, ਫਿਰ ਉਹੀ ਗੱਲਾਂ ਹੁਣ ਬਾਪੂ ਅੱਡ ਕਰੀ ਜਾਂਦੇ ਨੇਗੇ, ਹੁਣ ਉਹਨਾਂ ਨਾਲ ਵੀ ਗੱਲ ਕਰ ਲਿਓ। ਉਹ ਕੋਈ ਨਹੀਂ ਅੱਡ ਕਰਦਾ, ਐਂ ਕਿਵੇਂ ਅੱਡ ਕਰ ਦੂਗਾ, ਵਧੀਆ ਨਿਭੀ ਜਾਂਦੀ ਆ। ਉਹ ਨਾ ਟੈਨਸ਼ਨ ਲਈ ਆ ਤੂੰ, ਕੋਈ ਨਾ ਉਹ ਤਾਂ ਪਤਾ ਲੱਗੂਗਾ ਜਦੋਂ ਬਾਪੂ ਕੋਲ ਗਏ ਤੁਸੀਂ। ਸਮਝਾ ਲੂੰਗਾ ਆਪੀ ਬਾਪੂ। ਅੱਜ ਬੜੀ ਲੇਟ ਹੋ ਗਈ ਤੁਸੀਂ, ਕੀ ਗੱਲ? ਅੱਜ ਆਫਿਸ ਕੰਮ ਸੀ ਥੋੜਾ ਜਿਹਾ ਜ਼ਿਆਦਾ ਸੀਗਾ। ਅੱਛਾ, ਹਲੋ ਜੀ ਪਾਣੀ। ਅੱਜ ਤਾਂ ਥੱਕ ਗਿਆ, ਆਫਿਸ ਵੀ ਬੜਾ ਕੰਮ ਸੀਗਾ। ਤੁਸੀਂ ਤਾਂ ਥੱਕ ਗਏ, ਪਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਘਰ 'ਚ ਚੱਲੀ ਕੀ ਜਾਂਦਾ। ਕਿਉਂ, ਕੀ ਹੋ ਗਿਆ? ਹੋਣਾ ਕੀ ਹੈ, ਅੱਜ ਛੋਟੀ ਦੀ ਵਾਰੀ ਸੀ ਰੋਟੀ ਬਣਾਉਣ ਦੀ, ਤੇ ਰੋਟੀ ਬੇਬੇ ਬਾਪੂ ਨੂੰ ਪੁੱਛੀ ਨਹੀਂ ਹੈਗੀ, ਬਾਪੂ ਬੇਬੇ ਮੇਰੇ ਮਗਰ ਪੈ ਗਏ ਵੀ ਸਾਨੂੰ ਰੋਟੀ ਤਾਂ ਪੁੱਛ ਲਓ, ਵੀ ਹੱਦ ਹੋ ਗਈ ਜਦੋਂ ਛੋਟੀ ਨੂੰ ਪਤਾ ਵੀ ਰੋਟੀ ਬਣਾਉਣ ਦੀ ਵਾਰੀ ਮੇਰੀ ਹੈ, ਵੀ ਮੈਂ ਜਾ ਕੇ ਰੋਟੀ ਦਿਆਂ ਵਾਂ ਨਾ, ਮੈਂ ਤਾਂ ਕੰਮ ਕਰਦੀ ਪਈ ਸੀ, ਵੀ ਆਖੇ ਮੈਂ ਵਿਹਲੀ ਆ ਨਾ। ਯਾਰ ਐਵੇਂ ਛੋਟੀ ਛੋਟੀ ਗੱਲਾਂ ਤੇ ਕਿਉਂ ਕਿਚ ਕਿਚ ਕਰਦਾ, ਰੋਟੀ ਦੀ ਗੱਲ ਆ ਬੇਬੇ ਬਾਪੂ ਨੂੰ ਤੂੰ ਦੇ ਦਿਆ ਕਰ, ਕਿਉਂ ਵਾਰੀਆਂ ਮੰਨੀਆਂ ਨੇ ਮੈਂ? ਲੈ ਤੁਸੀਂ ਵੀ ਮੈਨੂੰ ਕਹਿਣ ਲੱਗ ਜਾਂਦੇ ਹੋ, ਮੰਨਿਆ ਮੈਂ ਵੱਡੀ ਆ, ਇਹ ਥੋੜੀ ਆ ਵੀ ਸਾਰਾ ਘਰ ਦਾ ਕੰਮ ਮੈਂ ਕਰਾਂ, ਬੇਬੇ ਬਾਪੂ ਦੀ ਸਾਰੀ ਉਮਰ ਲੰਘ ਗਈ ਕੰਮ ਕਾਰ ਕਰਦੇ ਨੂੰ, ਹੁਣ ਜਦੋਂ ਰੋਟੀ ਦਾ ਵੇਲਾ ਆਇਆ ਉਦੋਂ ਛੋਟੀ ਐ ਕਰਦੀ ਹੈ, ਜਦੋਂ ਛੋਟੀ ਕਿਹੜਾ ਤੁਹਾਡਾ ਭਰਾ ਕਿਹੜਾ ਵਿਆਹ ਹੋਇਆ ਸੀ ਉਦੋਂ ਵੀ ਤਾਂ ਰੋਟੀ ਮੈਂ ਹੀ ਪੁੱਛਦੀ ਸੀਗੀ,
ਹੁਣ ਛੋਟੀ ਦਾ ਵੀ ਹੱਕ ਬਣਦਾ ਵੀ ਮੈਂ ਰੋਟੀ ਪਾਣੀ ਦਾ ਮੈਂ ਹੀ ਕਰਾਂ। ਓਹੋ ਯਾਰ, ਉਧਰੋਂ ਤਾਂ ਆਫਿਸ ਤੇ ਇੰਨੀ ਟੈਨਸ਼ਨ ਹੁੰਦੀ ਆ, ਉਹਦੇ ਨੂੰ ਤੁਸੀਂ ਟੋਕ ਟੋਕ ਕਰਨ ਲੱਗ ਜਾਂਦੀ ਹੋਈ ਆ, ਸੋਡੀ ਨਹੀਂ ਸਾਹਿਬ ਚਾਹੁੰਦਾ ਕੀ ਚੱਲਦਾ ਗਾ। ਆਹੋ ਟੈਨਸ਼ਨ ਤਾਂ ਕੱਲੀ ਤੁਹਾਨੂੰ ਹੀ ਹੈ, ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਘਰ ਦੀ, ਸਾਰੀ ਘਰ ਦੀ ਟੈਨਸ਼ਨ ਮੈਂ ਹੀ ਚੱਕੀ ਫਿਰਦੀ ਆ। ਮੇਰੀ ਗੱਲ ਸੁਣੋ, ਆਪਣੇ ਭਰਾ ਨੂੰ ਸਮਝਾ ਲਓ ਵੀ ਆਪਣੀ ਘਰ ਵਾਲੀ ਨੂੰ ਸਾਂਭ ਕੇ ਰੱਖੇ, ਜੇ ਮੈਂ ਫਿਰ ਜ਼ਿਆਦਾ ਚਿੜਪਿੜ ਕੀਤੀ ਫਿਰ ਆਪਦੀ ਵਾਰੀ ਰੋਂਦੀ ਆ ਉਹ। ਓਏ ਐਵੇਂ ਲੜਾਈ ਨੂੰ ਕੋਈ ਬਾਲਾ ਵੱਡਾ ਪਰਿਵਾਰ ਆ, ਛੋਟਾ ਜਿਹਾ ਪਰਿਵਾਰ ਆ, ਐਵੇਂ ਕਿਉਂ ਲੜਦੀ ਹੋਈ ਨੂੰ? ਜੀ ਗੱਲ ਮੈਂ ਉਹ ਵੀ ਨਹੀਂ ਕਰਦੀ ਜਿਹੜੀ ਬੇਬੇ ਬਾਪੂ ਨੇ ਅੱਜ ਗੱਲ ਕਰੀ ਹੈ ਨਾ, ਉਹ ਕਰਨ ਯੋਗ ਨਹੀਂ ਸੀਗੀ। ਕੀ ਯੋਗ ਨਹੀਂ ਸੀ, ਕੀ ਕਰਤਾ ਇਹ ਜਿਹਾ ਬਾਪੂ ਨੇ? ਮੈਨੂੰ ਤਾਂ ਦੱਸਦੀ ਹੋਈ ਵੀ ਸ਼ਰਮ ਆ ਰਹੀ ਹੈ ਵੀ ਬੇਬੇ ਬਾਪੂ ਨੇ ਇਹੋ ਜਿਹੀ ਗੱਲ ਬੋਲੀ ਆ ਵੀ ਜਿਹੜੀ ਕਰਨੀ ਨਹੀਂ ਚਾਹੀਦੀ ਸੀਗੀ। ਸ਼ਰਮ ਆ ਰਹੀ ਆ, ਇਹ ਜਿਹੀ ਗੱਲ ਕਹਿਤੀ? ਅੱਡ ਹੋਣ ਦੀ ਗੱਲ ਕਰਦੇ ਨੇ ਉਹ ਵੀ ਦੋਨਾਂ ਭਰਾਵਾਂ ਨੂੰ ਅਸੀਂ ਅੱਡ ਕਰ ਦਿੰਦੇ ਹਾਂ ਵੀ ਰੋਟੀ ਵੇਲੇ ਤਾਂ ਅਸੀਂ ਸੌਖੇ ਹੋਵਾਂਗੇ, ਜਿਹਨੇ ਬਣਾ ਕੇ ਦੇਣੀ ਰੋਟੀ ਬਣਾ ਕੇ ਦੇ ਦੇਣਗੇ, ਨਹੀਂ ਤਾਂ ਅਸੀਂ ਆਪਣੀ ਆਪ ਪਕਾ ਲਾਂਗੇ, ਵੀ ਇਹ ਗੱਲ ਕਰਨ ਜੋਗੀ ਹੈ। ਅੱਛਾ, ਇਹੋ ਜਿਹੀਆਂ ਗੱਲਾਂ ਹੋ ਗਈਆਂ, ਐਡੀ ਗੱਲ ਬਾਪੂ ਨੇ ਕਹਿ ਕਿਵੇਂ ਦਿੱਤੀ? ਨਾਲੇ ਕਿੱਥੇ ਬੇਬੇ ਬਾਪੂ, ਮੈਂ ਕਰਦਾ ਗੱਲ ਉਹਦੇ ਨਾਲ। ਉਧਰ ਪਰਲੇ ਕਮਰੇ 'ਚ ਬੈਠੇ ਨੇ, ਤਾਂ ਹੀ ਤਾਂ ਮੈਂ ਭੱਖੀ ਹੋਈ ਹਾਂ, ਹੋਰ ਕਾਹਤੋਂ ਭੱਖੀ ਹੋਈ ਹਾਂ ਮੈਂ? ਤੁਸੀਂ ਗੱਲ ਹੀ ਨਹੀਂ ਸਮਝਦੇ ਮੇਰੀ, ਆ ਜਾਓ ਗੱਲ ਕਰੀਏ। ਚਲੋ ਬੇਬੇ, ਬਾਪੂ ਕਿੱਥੇ ਆ? ਬਾਥਰੂਮ ਗਿਆ ਤੇਰਾ ਬਾਪੂ ਦਾ ਪੁੱਤਰ। ਹਾਂ ਦੱਸ, ਅਸੀਂ ਗੱਲ ਕਰਨੀ ਆ, ਆ ਜਾਓ ਗੱਲ ਕਰੀਏ। ਚੱਲ ਪੁੱਤਰ। ਠੀਕ ਆ ਬਾਪੂ। ਬਾਪੂ ਮੈਨੂੰ ਐਵੇਂ ਦੱਸ, ਤੈਨੂੰ ਅਸੀਂ ਇਕੱਠੇ ਰਹਿੰਦੇ ਚੰਗੇ ਨਹੀਂ ਲੱਗਦੇ ਹੈਗੇ? ਕਿਉਂ ਸਾਨੂੰ ਅੱਡ ਕਰਾਉਣ ਤੇ ਤੁਲਿਆ ਹੋਇਆ ਤੂੰ? ਕੋਈ ਗੱਲ ਨੀ ਪੁੱਤ, ਤੂੰ ਚੰਨੀ ਨੂੰ ਵੀ ਬੁਲਾਈ ਲੈ, ਆ ਗਿਆ ਫਿਰ ਤੂੰ ਉਹ ਚੰਨੀ ਪੁੱਤ? ਹਾਂ ਬਾਪੂ। ਉਰੇ ਆ। ਤੁਹਾਨੂੰ ਐਂ ਲੱਗਦਾ ਗਾ ਅਸੀਂ ਬਾਪੂ ਜੀ ਕਸੂਰ ਆ ਗਾ, ਲੈ ਹੁਣ ਤੈਨੂੰ ਦੱਸ ਹੀ ਦਿੰਦਾ ਮੈਂ, ਉਹਨੂੰ ਵੀ ਆ ਜਾਂਦੇ ਚੰਨੀ ਨੂੰ। ਹਾਂ ਬਾਪੂ। ਹਾਂ ਬਹਿ ਜਾ ਬਹਿ ਜਾ, ਕੋਈ ਨਹੀਂ ਤੁਸੀਂ ਬਹਿ ਜਾਓ ਭਾਈ। ਆ ਦੇਖ ਹੁਣ ਤੈਨੂੰ ਮੈਂ ਦੱਸਦਾ ਗੱਲ, ਛੋਟੇ ਵਿਆਹ ਨੂੰ ਬਹੁਤ ਟਾਈਮ ਹੋ ਗਿਆ, ਠੀਕ ਹੈ? ਹਾਂ ਤੇ ਤੁਸੀਂ ਦੋਨਾਂ ਨੇ ਮੇਰੀ ਬਹੁਤ ਸੇਵਾ ਕਰੀ ਆ, ਮੈਂ ਤੁਹਾਡੀ ਸੇਵਾ ਤਾਂ ਬਹੁਤ ਖੁਸ਼ ਆ, ਹੁਣ ਮੈਂ ਚਾਹੁੰਦਾ ਗਾ ਵੀ ਤੁਸੀਂ ਅੱਡ ਹੋ ਜਾਓ। ਬਾਪੂ ਸਾਡੇ ਦੋਵਾਂ ਦੀ ਵਧੀਆ ਨਿਵਰੀ ਆ, ਤੈਨੂੰ ਇਤਰਾਜ ਕੀ ਸਾਡੇ ਇਕੱਠੇ ਰਹਿਣ 'ਚ? ਮੈਨੂੰ ਇਹ ਗੱਲ ਦੱਸ ਪਹਿਲਾਂ। ਪੁੱਤ ਮੈਨੂੰ ਇਤਰਾਜ ਨਹੀਂ, ਤੁਹਾਡੇ ਘਰ ਵਾਲੇ ਨੂੰ ਇਤਰਾਜ ਆ, ਮੈਨੂੰ ਕਾਹਦਾ ਇਤਰਾਜ ਹੋਊਗਾ, ਪੁੱਛ ਲਾ ਉਹਨਾਂ ਨੂੰ, ਜਿਹੜਾ ਬੰਦਾ ਟਾਈਮ ਤੇ ਰੋਟੀ ਨਹੀਂ ਦੇ ਸਕਦਾ ਹੋਰ ਸਾਨੂੰ ਕੀ ਦੇ ਦੂਗਾ ਉਹ। ਨਾ ਬਾਪੂ ਜੀ, ਤੁਸੀਂ ਇਹ ਦੱਸੋ ਕਦੇ ਮੈਂ ਤੁਹਾਨੂੰ ਰੋਟੀ ਪੁੱਛੀ ਨਹੀਂ ਜਾਂ ਬਣਾ ਕੇ ਨਾ ਦਿੱਤੀ ਹੋਵੇ। ਪੁੱਤ ਰੋਟੀ ਪੁੱਛੀ ਆ, ਤੂੰ ਵੀ ਪੁੱਛੀ ਆ, ਤੂੰ ਵੀ ਬਹੁਤ ਸੇਵਾ ਕਰੀ ਆ, ਉਹਨੇ ਵੀ ਕਰੀ ਆ, ਰੋਣਾ ਤਾਂ ਤੁਹਾਡੀ ਜਿਹੜੀ ਬਾਰੀ ਬੰਨੀ ਵੀ ਨਾ, ਬਾਰੀ ਦੇ ਚੱਕਰਾਂ 'ਚ ਅਸੀਂ ਭੁੱਖੇ ਮਾਰੇ ਜਾਵਾਂਗੇ। ਬਾਪੂ ਜੀ ਮੇਰੀ ਕੋਈ ਗਲਤੀ ਨਹੀਂ, ਮੈਨੂੰ ਨਾ ਤੁਸੀਂ ਨਾ ਹੀ ਕਹੋ ਤੇ ਚੰਗਾ ਰਹੋਗੇ, ਆ ਗਲਤੀ ਸਾਰੀ ਛੋਟੀ ਦੀ ਹੈ, ਇਹਨੇ ਰੋਟੀ ਬਣਾ ਕੇ ਨਹੀਂ ਦਿੱਤੀ, ਗੱਲ ਇੱਥੋਂ ਵਧੀ ਹੈ। ਪੁੱਤ ਚੱਲ ਤੇਰੀ ਗਲਤੀ ਨਹੀਂ, ਉਹਦੀ ਤਾਂ ਹੈਗੀ ਆ, ਇੱਕ ਦੀ ਤਾਂ ਹੈਗੀ ਆ, ਤਾਂ ਗੱਲ ਮੰਨਦੀ ਆ ਤੂੰ, ਇਹ ਤਾਂ ਗੱਲ ਮੰਨਦੀ ਆ ਨਾ। ਤਾਂ ਫਿਰ ਬਾਪੂ ਜੀ ਛੱਡ ਹੋਣ ਲਈ ਕਿੱਡੀ ਕੁ ਗੱਲ ਹੋ ਗਈ, ਤੁਸੀਂ ਪਿਆਰ ਨਾਲ ਸਮਝਾ ਵੀ ਤਾਂ ਸਕਦੇ ਹੋ, ਜ਼ਰੂਰੀ ਥੋੜਾ ਵੀ ਅੱਡ ਹੋਣਾ ਆ, ਗਲਤੀਆਂ ਤਾਂ ਹਰੇਕ ਤੋਂ ਹੀ ਹੁੰਦੀਆਂ ਨੇ। ਦੇਖ ਪੁੱਤ ਜਿਹੜਾ ਮੈਂ ਫੈਸਲਾ ਲਿੱਤਾ ਨਾ, ਉਹ ਸੋਚ ਸਮਝ ਕੇ ਕੀਤਾ ਗਾ, ਨਾ ਤਾਂ ਮੈਂ ਤੁਹਾਨੂੰ ਮਾੜਾ ਕਹਾਂ ਤੇ ਨਾ ਹੀ ਮੈਂ ਉਹਨਾਂ ਨੂੰ ਮਾੜਾ ਕਹਾਂ, ਮੈਂ ਕਿਸੇ ਨੂੰ ਮਾੜਾ ਹੀ ਕਹਦਾ, ਤੁਸੀਂ ਮੇਰੀ ਬਹੁਤ ਸੇਵਾ ਕੀਤੀ ਹੈ, ਪਰ ਮੈਂ ਹੁਣ ਤੁਹਾਨੂੰ ਇਹ ਗੱਲ ਕਹਿਣਾ ਗਾ, ਤੁਸੀਂ ਆਦਾ ਚੰਗਾ ਕਰਕੇ ਖਾਇਓ ਜੇ ਮਾੜਾ ਖਾਇਓ, ਤੁਸੀਂ ਆਦਾ ਬਣਾ ਕੇ ਖਾਇਓ ਉਹ ਆਦਾ ਬਣਾ ਕੇ ਖਾਣਗੇ, ਜੇ ਸਾਨੂੰ ਕਿਸੇ ਨੇ ਰੋਟੀ ਦੇਣੀ ਆ ਤਾਂ ਦੇ ਦਿਓ, ਨਹੀਂ ਆਦਿਆਂ ਲਾ ਕੇ ਖਾ ਲਾਂਗੇ, ਮੇਰੇ ਕੋਲ ਤਾਂ ਗੱਲ ਸਿੱਧੀ ਜੀ ਆ। ਅਤੇ ਫਿਰ ਦੂਜੀ ਗੱਲ ਇਹ ਆ ਗਈ,
ਜੇ ਮੈਂ ਇਹਦਾ ਐਂ ਕਹਿਣਾ ਮੇਰੇ ਜਾਂਦੇ ਜੀ ਉਹਨੂੰ ਜ਼ਮੀਨ ਹੱਥ ਲੜੀ ਜਾਓਗੇ ਵੀ ਮੈਨੂੰ ਘੱਟ ਦਿੱਤੀ ਹੈ ਵੱਧ ਦਿੱਤੀ ਆ, ਆਹ ਤਾਂ ਮੇਰੇ ਜਾਂਦੇ ਜੀ ਆਉਂਦੇ ਵੰਡ ਲਓ, ਠੀਕ ਆ। ਇੱਕ ਗੱਲ ਜ਼ਰੂਰ ਆ ਗਾ, ਆਹ ਜਿੰਨਾ ਤੱਕ ਮੈਂ ਜਾਂਦਾ ਉਨਾ ਤੱਕ ਆਪਣੇ ਵਿਹੜੇ 'ਚ ਕੰਧ ਨਹੀਂ ਨਿਕਲਦੀ, ਇਹ ਵਿਹੜਾ ਸਾਂਝਾ ਰਹੂਗਾ। ਉਹ ਤਾਂ ਚੱਲ ਬਾਪੂ ਗੱਲ ਠੀਕ ਆ, ਬਾਕੀ ਚੱਲ ਤੇਰੀ ਮਰਜ਼ੀ ਆ। ਦੇਖ ਪੁੱਤ, ਜਿਹੜਾ ਆਪਣਾ ਇਹ ਮਕਾਨ ਆ ਇਹ ਤਾਂ ਤੂੰ ਚੰਨੀ ਨੂੰ ਦੇ ਦੇ, ਠੀਕ ਆ। ਅਤੇ ਤੂੰ ਤਾਂ ਮੁਲਾਜ਼ਮ ਆਗਾ, ਤੂੰ ਤਾਂ 6 ਮਹੀਨੇ 'ਚ ਆਹ ਮਕਾਨ ਖੜ੍ਹਾ ਕਰ ਲਏਗਾ ਅਤੇ ਤੂੰ ਆਹਦਾ ਮਕਾਨ ਨਵਾਂ ਬਣਾ ਲਈ। ਬਾਪੂ ਇਹ ਤੂੰ ਕੀ ਕਹਿ ਰਹੇਗਾ, ਮੇਰੇ ਕੋਲ ਮੁਲਾਜ਼ਮ ਬੰਦੇ ਆਉਂਦੇ ਨੇ, ਮੈਂ ਇਸ ਘਰ ਵਿੱਚ ਰਹੂੰਗਾ ਨਾ, ਇਹ ਮੈਂ ਮਕਾਨ ਰੱਖੂੰਗਾ, ਇਹ ਕੋਈ ਨਵਾਂ ਬਣਾਉਣਾ ਨੂੰ ਬਣਾ ਕੇ ਦੇ ਦੇ, ਉਹ 'ਚ ਮੈਂ ਇਹਦੀ ਮਦਦ ਕਰ ਦੂੰਗਾ ਪੈਸੇ ਦੀ। ਪੁੱਤ, ਮੈਂ ਤਾਂ ਇਹ ਕਹਿੰਦਾ ਸੀ ਤੇਰੀ ਤਨਖਾਹ ਚੰਗੀ ਆ, ਤੂੰ 6 ਮਹੀਨੇ ਮਕਾਨ ਖੜ੍ਹਾ ਕਰ ਲਏਗਾ, ਉਹ ਕਿੱਥੋਂ ਕਰ ਲਊਗਾ, ਤੈਨੂੰ ਤੇਰੇ ਭਰਾ ਦਾ ਪਤਾ ਹੀ ਆ ਵੀ ਤੂੰ ਤਾਂ ਬਣਾ ਲਏਗਾ, ਉਹ ਤੋਂ ਨਹੀਂ ਬਣਨਾ ਮਕਾਨ, ਮੈਂ ਤੈਨੂੰ ਤਾਂ ਕਹਿਣਾਗਾ। ਨਹੀਂ ਬਾਪੂ ਮੈਂ ਤਾਂ ਇਹੀ ਮਕਾਨ ਰੱਖੂੰਗਾ, ਜੇ ਇਹਨੇ ਅਗਰ ਰਹਿਣਾ ਅੱਡ ਪਾਲੇ, ਮੈਂ ਕਹਿ ਰਿਹਾ ਮੈਂ ਪੈਸੇ ਦੇ ਦੂੰਗਾ ਇਹਨੂੰ, ਨਾਲ ਇਹਦੀ ਮਦਦ ਕਰ ਦੂੰ ਜਿਹੜੀ ਹੋਈ, ਮੈਂ ਇਹੀ ਮਕਾਨ ਰੱਖਣਾਗਾ। ਮੈਂ ਗੱਲ ਆ ਪੁੱਤ, ਆ ਦੇਖ ਲਾ ਜਿਹੜੀ ਤੂੰ ਗੱਲ ਕਹਿਣਾ ਇਹ ਤੈਨੂੰ ਕਰਨੀ ਪਊ, ਕੱਲ੍ਹ ਨੂੰ ਕਿਤੇ ਇਹ ਗੱਲ ਨਾ ਹੋਵੇ ਤੂੰ ਇਹ ਮਕਾਨ ਰੱਖ ਲੇ ਅਤੇ ਮੁੜ ਕੇ ਧੱਕਾ ਖਾਂਦਾ, ਫਿਰ ਤੈਨੂੰ ਮਕਾਨ ਇਹਨੂੰ ਬਣਾ ਕੇ ਦੇਣਾ ਪਊਗਾ, ਇਹ ਹੱਲ ਆਪਦੇ ਹੁਣ ਸੋਚ ਲਾ। ਨਾ ਨਾ ਕੋਈ ਨਾ ਬਾਪੂ, ਸੋਚੀ ਹੈਗੀ, ਇਹ ਮਕਾਨ ਤਾਂ ਮੈਂ ਹੀ ਰੱਖੂੰਗਾ। ਦੇਖ ਚੰਨੀ ਪੁੱਤ ਕਿਵੇਂ ਲੱਗਦਾ ਤੈਨੂੰ? ਠੀਕ ਹੈ ਬਾਪੂ, ਦੂਜਾ ਫੈਸਲਾ ਕਰਤਾ, ਠੀਕ ਹੈ। ਠੀਕ ਨਹੀਂ ਪੁੱਤ, ਮੈਂ ਤਾਂ ਤੈਨੂੰ ਇਹ ਮਕਾਨ ਦੇ ਕੇ ਰਾਜੀ ਸੀਗਾ, ਚੱਲ ਇਹ ਕਹਿੰਦਾ ਮੇਰੇ ਕੋਲ ਮਹਾਰਾਜ ਬੰਦੇ ਆਉਂਦੇ ਆਗੇ ਅਤੇ ਤੇਰੀ ਤੈਨੂੰ ਫਿਰ ਨਵਾਂ ਮਕਾਨ ਪਾ ਦੂਗਾ, ਤੇਰੀ ਇਹ ਮਦਦ ਕਰ ਦੂ ਉਹਦੇ 'ਚ, ਠੀਕ ਹੈ? ਠੀਕ ਹੈ ਬਾਪੂ, ਠੀਕ ਹੈ ਨਾ ਹੁਣ? ਠੀਕ ਹੈ ਬਾਪੂ। ਹਾਂ, ਅਤੇ ਬਾਕੀ ਸਿਰੇ ਰਹੀ ਗੱਲ ਭਾਈ ਸਾਡੀ, ਸਾਨੂੰ ਕਿਹੜਾ ਰੱਖੂਗਾ, ਤੁਸੀਂ ਆਹਦਾ ਦੇਖ ਲਓ। ਠੀਕ ਹੈ ਪੁੱਤ, ਆਹ ਘਰ ਤੂੰ ਰੱਖਣਾ, ਪਰ ਇਹ ਨਾ ਹੋਵੇ ਮੇਰਾ ਛੋਟਾ ਕਿਤੇ ਘਰ ਬਣਿਓ ਰਹਿ ਜੇ ਅਤੇ ਸਾਰੀ ਉਮਰ ਸਾਨੂੰ ਗਾਲਾਂ ਕੱਢਦਾ ਰਹੇ ਵੀ ਮੇਰੇ ਮਾਂ ਬਾਪ ਨੇ ਕੀ ਕੀਤਾ ਮੇਰੇ ਵਾਸਤੇ, ਇਹ ਗੱਲ ਦਾ ਤੂੰ ਧਿਆਨ ਰੱਖੀ। ਬੇਬੇ ਤੂੰ ਫਿਕਰ ਨਾ ਕਰ, ਜਦੋਂ ਮੈਂ ਇੱਕ ਵਾਰ ਕਹੀ ਦਿੱਤਾ ਕਿ ਬਣਾ ਕੇ ਜਾਊਂਗਾ। ਚਲੋ ਤਾਂ ਤੇਰੀ ਗੱਲ ਠੀਕ ਆ ਪੁੱਤ, ਕਹਿ ਤਾਂ ਦਿੱਤਾ, ਕੱਲ ਨੂੰ ਮੁੜ ਕੇ ਗੱਲਾਂ ਹੋਰ ਹੋ ਜਾਣੇ ਤਾਂ ਕਹਿਣੇ ਆ, ਮੁੜ ਕੇ ਸਾਨੂੰ ਗਾਲਾਂ ਕੱਢੂਗਾ ਵੀ ਸਾਡਾ ਪਿਓ ਕੀ ਕਰ ਗਿਆ। ਤੇ ਨਾਲੇ ਪੁੱਤ ਤੈਨੂੰ ਪਤਾ ਹੈ ਇਹ ਘੱਟ ਪੜਿਆ ਲਿਖਿਆ ਹੈਗਾ, ਫਿਰ ਸਾਡੇ ਜੁੰਮੇ ਆ ਜੂ ਸਾਰੀ ਗੱਲ। ਦੇਖ ਪੁੱਤ ਠੀਕ ਆ ਹੁਣ? ਠੀਕ ਆ ਬਾਪੂ। ਹਾਂ ਹੁਣ ਵਾਰੀ ਵਾਰੀ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ, ਨਾ ਹੀ ਸਾਨੂੰ ਦੁਬਾਰੇ ਕਹਿਣੀ ਪਵੇ, ਤੇ ਬਸ ਤੂੰ ਇਹਦਾ ਮਕਾਨ ਬਣਾ ਦੀ, ਠੀਕ ਹੈ? ਕੋਈ ਗੱਲ ਨਹੀਂ। ਦੇਖ ਚੰਨੀ ਪੁੱਤ ਤੂੰ ਦੱਸ, ਤੈਨੂੰ ਮਨਜ਼ੂਰ ਆ ਹੁਣ? ਠੀਕ ਆ ਬਾਪੂ, ਸਾਨੂੰ ਤਾਂ ਘਰ ਚਾਹੀਦਾ, ਭਾਂ ਤੂੰ ਪਵਾ ਕੇ ਦੇ ਦੇ ਭਾਂ ਉਹ ਪਵਾ ਕੇ ਦੇ ਦੇ। ਚਲੋ ਠੀਕ ਆ ਬਾਪੂ, ਫਿਰ ਮੈਂ ਰੋਟੀ ਪਾਣੀ ਖਾਣਾਗਾ। ਖਾ ਲਓ ਖਾ ਲਓ, ਕੋਈ ਗੱਲ ਨਹੀਂ, ਆ ਦੇ ਆਣੋ। ਚਲੋ ਬਾਪੂ ਮੈਂ ਰੋਟੀ ਖਾ ਕੇ ਦੇ ਤੇ ਕੋਈ ਮਾੜੀਆਂ ਖਾਓ। ਦੇਖ ਪੁੱਤ ਪਹਿਲਾਂ ਗੱਲ ਕੁਛ ਹੋਰ ਸੀਗੀ, ਹੁਣ ਗੱਲ ਕੁਛ ਹੋਰ ਆ, ਹੁਣ ਆਹਦਾ ਆਪਦਾ ਸਾਲੀ ਤੈਨੂੰ ਪਤਾ ਹੀ ਆ, ਉਹਦਾ ਮੁਲਾਜ਼ਮ ਹੁੰਦਾ, ਉਹਦੀ ਤਾਂ ਚੰਗੀ ਤਨਖਾਹ ਆਉਂਦੀ ਆ, ਤੈਨੂੰ ਹੁਣ ਆਪਦੇ ਹਿਸਾਬ ਨਾਲ ਚੱਲਣਾ ਪਊ ਉਹਨਾਂ ਨੂੰ। ਠੀਕ ਆ ਬਾਪੂ, ਅਸੀਂ ਆਪਦੇ ਹਿਸਾਬ ਨਾਲ ਚੱਲਾਂਗੇ। ਹਾਂ, ਜਿੰਨੇ ਕੁ ਭਾਈ ਅਸੀਂ ਯੋਗਲੇ ਹੈਗੇ ਆ ਤੇਰੇ ਨਾਲ ਖੜੇ ਆਂਗੇ। ਚੱਲ ਠੀਕ ਆ, ਸਭ ਕੁਛ ਬਣ ਜੂ ਪੁੱਤ ਤੇਰਾ ਵੀ, ਤੇ ਕਰਨਾ ਕਰ ਉਹ ਬਾਅਦ ਅਗਲਾ ਕਹਿੰਦਾ ਯਾਰ, ਗੱਲ ਤਾਂ ਹੀ ਹੋਈ ਹੈਗੀ, ਚੱਲ ਮੈਨੂੰ ਐਂ ਸੀਗਾ ਜੇ ਆਹ ਮਕਾਨ ਇਹਦੇ ਕੋਲ ਰਹਿਣ ਦਾ ਚੰਗਾ ਸੀਗਾ, ਚੱਲ ਇਹ ਕਹਿੰਦਾ ਹੁਣ ਮੇਰੇ ਕੋਲ ਮੁਲਾਜ਼ਮ ਆਉਂਦੇ ਆ। ਆਹ ਦੇਖ ਮੁੰਡਾ ਕਹਿੰਦਾ ਸੀਗਾ ਬਾਪੂ ਸਾਡੇ ਦੋਨੇ ਭਰਾਵਾਂ ਦੀ ਵਧੀਆ ਨਿਭਦੀ, ਉਹਨੂੰ ਕੀ ਪਤਾ, ਦੇਖ ਤੈਨੂੰ ਪਤਾ ਜਾਂ ਮੈਨੂੰ ਪਤਾ, ਝਾੜੂ ਪਿੱਛੇ ਲੜ ਪੈਂਦੇਗਾ ਮਾੜੇ ਮਾੜੇ ਖਾਤਰ, ਉਹਨਾਂ ਨੂੰ ਕੀ ਪਤਾ, ਉਹ ਤਾਂ ਆਪ ਡਿਊਟੀ 'ਤੇ ਰਹਿੰਦਾ, ਇਹ ਚੌਧਰੀ ਖੇਤ ਵਗ ਜਾਂਦਾ ਗਾ, ਹੁਣ ਇੱਦਾਂ ਮਾੜੀ ਮਾੜੀ ਗੱਲ 'ਤੇ ਲੜੀ ਜਾਂਦੇ ਰਹਿੰਦੇ, ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ। ਆਹ ਰੋਟੀਆਂ ਦੇਖ ਲਾ, ਰੋਟੀਆਂ ਦੇ ਵੀ ਵਾਰੀਆਂ ਬੰਨੀ ਬੈਠੇ, ਰੋਟੀ ਦਾ ਤੁਹਾਨੂੰ ਟਾਈਮ 'ਤੇ ਨਹੀਂ ਮਿਲਦੀ, ਕੱਪੜੇ ਲੀੜੇ ਪਿੱਛੇ ਲੜਦੀਆਂ ਨੇ, ਪਸ਼ੂ ਸਾਹਮਣੇ ਪਿੱਛੇ ਲੜਦੀਆਂ, ਆਪਸੂ 'ਚ ਟਲੀ ਜਾਂਦੀਆਂ, ਜੇ ਕਹਿੰਦੇ ਤਾਂ ਆਪਾਂ ਬੁਰੇ ਵੱਜਦੇ ਹੈਗੇ, ਰਿਸ਼ਤੇਦਾਰ ਮੁੰਡੇ ਸ਼ਾਮੀ ਨਹੀਂ ਬੇਇੱਜ਼ਤੀ ਹੁੰਦੀ ਆ, ਉੱਤੇ ਜਿੱਤੇ ਖੂਹ ਆਈ ਹੈਗੀ, ਫਿਰ ਕਿਸੇ ਨੇ ਪਾਇਆ ਆਹ ਜਦੋਂ ਅੱਡੇ 'ਤੇ ਚੜ੍ਹਾਉਣ ਗਿਆ ਤੇ ਮੈਨੂੰ ਸੌ ਕੁਛ ਬੋਲ ਲਈ, ਦੇਖਿਆ ਕਦੇ ਆਹ ਅੱਜ ਤਾਂ ਛੋਟੇ ਘਰੇ ਦੋਨੇ ਜਾ ਕੇ ਤੁਸੀਂ ਕਹਿ ਨਹੀਂ ਸਕਦੇ, ਹੁਣ ਇਹਨੇ ਵੱਡੀ ਨੂੰ ਤਾਂ ਨੌਕਰੀ ਦਾ ਹਕਾਰ ਆ ਵੀ ਮੇਰੇ ਕੋਲ ਨੌਕਰੀ, ਉਹ ਤਾਂ ਨਹੀਂ ਕੰਮ ਕਰਦੀ, ਆ ਦੂਜੀ ਉਹਨੂੰ ਦੇਖ ਲੈਂਦੀ ਹੈ, ਇੱਕ ਦੂਜੇ ਨੂੰ ਖਰਚਾ ਕਰੀ ਜਾਣਗੇ, ਉਹਨੇ ਵੱਧ ਕਰਤਾ ਉਹਨੇ ਘੱਟ ਕਰਤਾ, ਇਹਦਾ ਜੀ ਕਰਦਾ ਕਿਹੜੇ ਮਾਂ ਪਿਓ ਦਾ ਜੀ ਕਰਦਾ ਵੀ ਆਪਦੇ ਮਾਂ ਧੀ ਪੁੱਤ ਨੂੰ ਅੱਡ ਕਰਦਾ। ਚੱਲ ਆ ਚੰਗਾ ਹੀ ਕੀਤਾ ਜਿਹੜਾ ਕੀਤਾ ਆਪਦੇ ਹੱਥੀ, ਆਪਾਂ ਇਹਨਾਂ ਨੂੰ ਕਹਿ ਤਾ ਨਾ ਇਹਨਾਂ ਦਾ ਕੁਛ ਨਾ ਕੁਛ ਹੁਣ ਬਣ ਜੂਗਾ, ਬਣ ਜੂਗਾ।
ਆਦਾ ਬਣਾ ਲੈਣਗੇ ਆਪਣੇ ਘਰ ਨੂੰ ਤਾਂ ਕਰੇਗਾ ਤੇ ਜੇ ਐਂ ਰੱਖਦੇ ਨਾ ਕਿਸੇ ਨੇ ਕੁਛ ਨੀ ਬਣਨਾ ਚਾਹੀਦਾ ਡੋਲਣਗੇ ਤਾਂ ਇਹਨਾਂ ਨੂੰ ਫਿਕਰ ਹੋਊਗਾ ਵਿਗਾੜਨੀਆਂ ਸਾਂਭਣਗੀਆਂ ਤਾਂ ਇਹਨਾਂ ਨੂੰ ਫਿਕਰ ਹੋਊਗਾ ਆਪਣਾ ਫਿਕਰ ਮੁੱਕ ਗਿਆ ਹੁਣ ਇਹਨੂੰ ਤਾਂ ਹੋ ਗਿਆ ਬਾਪੂ ਨੇ ਸਾਨੂੰ ਜਾਣ ਬੁੱਝ ਕੇ ਹੱਟ ਕਰਤਾ ਬਾਪੂ ਦੀ ਕੰਮ ਲਾ ਲਈ ਬਾਪੂ ਨੂੰ ਦਿਸੀ ਜਾਂਦਾ ਸੀਗਾ ਹੁਣ ਇਹਨਾਂ ਦਾ ਕੁਛ ਨਾ ਕੁਛ ਬਣ ਜਾਊਗਾ ਨਾਲੇ ਸਿਆਣੇ ਹੋ ਜਾਣਗੇ ਚੱਲ ਕਰ ਤੋਰਾ ਅਚਾਰ ਦੀ ਘੁੱਟ ਬਣਾ ਲਾ ਚੱਲ ਠੀਕ ਹੈ ਕੋਈ ਗੱਲ ਨਹੀਂ ਰਹਿ ਗਿਆ ਛੋਟਾ ਹੁਣ ਛੋਟੇ ਦਾ ਵੀ ਕੁਛ ਨਾ ਕੁਛ ਬਣ ਜਾਊਗਾ ਜਿਹਨੇ ਘਰ ਵੱਲ ਨੂੰ ਪੈਸੇ ਦੇ ਤਾਂ ਠੀਕ ਆ ਨਹੀਂ ਪਰ ਮੈਂ ਤਾਂ ਕਰ ਹੀ ਦਿੰਦਾ ਜੁਗਾੜ ਆਪਣੇ ਕੋਲ ਹੈਗਾ ਗਾ ਬੁਲਬੁਲਾ ਬੁਲਬੁਲਾ ਤੇ ਭਾਗੀ ਯਾਰ ਕੀ ਹੋਇਆ ਕਿਉਂ ਹਾਕਾ ਮਾਰੀ ਹੋਈ ਆ ਮੈਂ ਦਰਵਾਜ਼ਾ ਮਾਰੀ ਇੰਨਾ ਘੰਟਾ ਹੋ ਗਿਆ ਮੈਂ ਤਾਂ ਕੱਖ ਪਾਉਂਦੀ ਪਈ ਸੀ ਪਸ਼ੂਆਂ ਨੂੰ ਤੁਸੀਂ ਤਿਆਰ ਹੋ ਕੇ ਕਿੱਧਰ ਨੂੰ ਸਾਹਿਬ ਦਾ ਫੋਨ ਆਇਆ ਗਾ ਕਹਿੰਦੇ ਵੀ ਹੁਣ ਨਾਕਾ ਲਾਉਣਾ ਗਾ ਉੱਥੇ ਜਾ ਕੇ ਮੈਨੂੰ ਜਾਣਾ ਪੈਣਾ ਨਾਲੇ ਅੱਜ ਮੇਰੀ ਰਾਤ ਦੀ ਡਿਊਟੀ ਆ ਇਹਨੀ ਪਤਾ ਮੈਨੂੰ ਰਾਤ ਨੂੰ ਉੱਥੇ ਰਹਿਣਾ ਪਵੇ ਅੱਛਾ ਫਿਰ ਮੈਂ ਰੋਟੀ ਬਣਾ ਦਿੰਦੀ ਆ ਰੋਟੀ ਹੁਣ ਮੈਨੂੰ ਕਾਲੀ ਆ ਉਹ ਪਹਿਲਾਂ ਬਣਾਉਣੀ ਸੀ ਜੇ ਤਾਂ ਚਲੋ ਕੋਈ ਨਾ 2 ਮਿੰਟ ਲੱਗਣੇ ਆ ਮੈਨੂੰ ਚੱਲ ਛੱਡ ਮੈਂ ਉੱਥੇ ਖਾ ਲੂੰਗਾ ਕੋਈ ਗੱਲ ਨਹੀਂ ਠੀਕ ਆ ਯੂੰ ਹੀ ਗੁੱਸਾ ਕਰਕੇ ਬਹਿ ਜਾਂਦੇ ਨੇ ਬਿਲਾ ਦੱਸ 2 ਮਿੰਟ ਤਾਂ ਲੱਗਣੇ ਨੇ ਰੋਟੀ ਬਣਾਉਣ ਨੂੰ ਲੈ ਦੇਖ ਲਾ ਸਾਰਾ ਖਲਾਰਾ ਪਾ ਗਈ ਆ ਕਹਿ ਨਹੀਂ ਹੁੰਦਾ ਵੀ ਮੈਂ ਬੋਕਰ ਮਾਰ ਦਵਾ ਖੜ ਜਾ ਮੈਂ ਕਰਦੀ ਆ ਬੇਬੇ ਨਾਲ ਗੱਲ ਦੱਸਦੀ ਆ ਉਹਨੂੰ ਭਾਂਡੇ ਤਾਂ ਬਾਅਦ ਚ ਹੀ ਮਾਂਜੂ ਜੇ ਬੇਬੇ ਮੈਂ ਬੋਲੂੰਗੀ ਤਾਂ ਕਹੋਗੇ ਛੋਟੀ ਬੋਲਦੀ ਆ ਹੁਣ ਕੀ ਹੋ ਗਿਆ ਪੁੱਤ ਵੱਡੀ ਦੀਦੀ ਉਧਰੋਂ ਪੱਠੇ ਕੁਦਰ ਕੇ ਲੈ ਕੇ ਗਈ ਆ ਹਾਂ ਹੁਣੇ ਮੈਂ ਬੋਕਰ ਮਾਰ ਕੇ ਆਈ ਆ ਠੀਕ ਆ ਅੱਛਾ ਤੇ ਸਾਰਾ ਖਲਾਰਾ ਪਾ ਗਈ ਆ ਚੱਲ ਪੁੱਤ ਕੋਈ ਗੱਲ ਨੀ ਉਹ ਗੱਲ ਨੀ ਆ ਬੇਬੇ ਤੁਸੀਂ ਆਹੀ ਕਹਿ ਦਿੰਦੇ ਚੱਲ ਕੋਈ ਨਾ ਚੱਲ ਤੂੰ ਮੇਰੀ ਗੱਲ ਸੁਣ ਪੁੱਤ ਉਹਦਾ ਤਾਂ ਦਿਮਾਗ ਘੱਟ ਹੈ ਕੋਈ ਗੱਲ ਨੀ ਬੋਕਰ ਦਾ ਕੀ ਹੈ ਪੁੱਤ ਬੋਕਰ ਮੈਂ ਕੱਢ ਦਿੰਦੀ ਹੈਗੀ ਬੰਦਾ ਕਮ ਸੇ ਕਮ ਸਾਰੇ ਕੱਖ ਇਕੱਠੇ ਤਾਂ ਕਰ ਦਿੰਦਾ ਝਾੜੂ ਮਾਰ ਕੇ ਇਹਨੇ ਜਾਣ ਕੇ ਲੜਾਈ ਕਰਨੀ ਹੁੰਦੀ ਆ ਚੱਲ ਪੁੱਤ ਉਹਦਾ ਤਾਂ ਦਿਮਾਗ ਹੀ ਇਹੋ ਜਿਹਾ ਆਪ ਚੁੱਪ ਰਹੋ ਜ਼ਰੂਰੀ ਥੋੜੀ ਆਪਾਂ ਕੋਈ ਲੜਾਈ ਕਰਨੀ ਹੈਗੀ ਇਹਨੇ ਅੱਡ ਵੀ ਕਰਾਤਾ ਹਨਾ ਅੱਡ ਕਰਾ ਕੇ ਵੀ ਫਿਰ ਵੀ ਕਲੇਸ਼ ਕਰਵਾਉਣ ਵਾਲੀ ਗੱਲਾਂ ਕਰਦੀ ਆ ਲੈ ਪੁੱਤ ਤੂੰ ਐ ਕਿਉਂ ਕਰੀ ਜਾਂਦੀ ਆ ਬੋਕਰ ਤਾਂ ਮੈਂ ਮਾਰ ਦਿੰਦੀ ਆ ਐਵੇਂ ਨਾ ਤੂੰ ਔਖੀ ਹੋਈ ਜਾ ਬੇਬੇ ਪਰ ਤੂੰ ਉਹਨੂੰ ਨਾ ਕਹੀ ਨਾ ਬੋਕਰ ਮਾਰਨ ਨੂੰ ਤੂੰ ਐ ਨਹੀਂ ਕਹਿੰਦੇ ਵੀ ਮੈਂ ਉਹ ਤਾਂ ਡਰਦੀ ਆ ਡਰ ਡੁਰ ਵਾਲੀ ਗੱਲ ਨਹੀਂ ਹੁੰਦੀ ਪੁੱਤ ਚੁੱਪ ਚੰਗੀ ਹੁੰਦੀ ਆ ਐਵੇਂ ਮੈਂ ਬਰਾਬਰੀ ਕਰਦੀ ਚੰਗੀ ਨਹੀਂ ਲੱਗਦੀ ਹੈਗੀ ਉਹਦੇ ਨਾਲ ਠੀਕ ਹੈ ਨਾ ਬੇਬੇ ਇਹਨੇ ਤਾਂ ਹੁਣ ਸਾਨੂੰ ਅੱਡ ਕਰਾ ਹੀ ਦਿੱਤਾ ਹੁਣ ਇਹ ਅੱਡ ਕਰਾ ਕੇ ਵੀ ਨਹੀਂ ਰੱਜਦੀ ਹੈਗੀ ਹੁਣ ਇਹ ਐਂ ਚਾਹੁੰਦੀ ਆ ਵੀ ਮੈਂ ਆਹ ਕੁਛ ਕਰੂੰਗੀ ਨਾ ਤੇ ਇਸ ਤੋਂ ਚੰਗਾ ਇਹ ਐਂ ਰੋਲਾ ਰੱਪੇ ਚੋਂ ਘਰ ਚੋਂ ਹੀ ਨਿਕਲ ਜਾਣ ਇਹ ਦੋਨੋਂ ਜੀ ਪੁੱਤ ਸਾਡੇ ਹੁੰਦੇ ਤੁਹਾਨੂੰ ਕੌਣ ਕੱਢ ਦੂ ਘਰ ਚੋਂ ਮੇਰੀ ਗੱਲ ਸੁਣ ਨਾਲੇ ਇੱਥੇ ਬਹਿ ਕੇ ਗੱਲ ਹੋਈ ਹੈ ਤੇਰੇ ਬਾਪੂ ਦੇ ਸਾਹਮਣੇ ਠੀਕ ਹੈ ਤੁਹਾਡਾ ਘਰ ਪਵਾ ਕੇ ਛੱਡਾਂਗੇ ਤੂੰ ਫਿਕਰ ਨਾ ਕਰ ਪਰ ਬੇਬੇ ਮੈਂ ਤਾਂ ਕਹਿੰਦੇ ਤੁਸੀਂ ਜਲਦੀ ਕੰਮ ਥੋੜਾ ਜਿਹਾ ਗੱਲ ਕਰੋ ਠੀਕ ਹੈ ਨਾ ਵੀ ਸਾਡਾ ਘਰ ਬਣਦਾ ਹੋ ਜਾਵੇ ਚੱਲ ਤੇਰੇ ਬਾਪੂ ਨਾਲ ਗੱਲ ਕਰ ਲੂੰਗੀ ਮੈਂ ਠੀਕ ਹੈ ਨਾ ਐਵੇਂ ਰੋਜ਼ ਦਾ ਕੰਜਰ ਕਲੇਸ਼ ਕਰਦੀ ਰਹੀ ਨਾ ਐਵੇਂ ਸਾਨੂੰ ਕਿਤੇ ਜਾ ਕੇ ਕਿਰਾਏ ਤੇ ਬੈਠਣਾ ਪੈ ਜਾਵੇ ਨਾ ਨਾ ਪੁੱਤ ਆ ਕੀ ਗੱਲ ਕਰਤੀ ਤੂੰ ਸਾਡੇ ਹੁੰਦੇ ਕਿਰਾਇਆਂ ਤੇ ਨਾ ਨਾ ਚੰਗਾ ਨਹੀਂ ਲੱਗਦਾ ਹੈਗਾ ਮੈਂ ਤੈਨੂੰ ਦੱਸਾਂ ਚੱਲ ਬੇਬੇ ਤੂੰ ਇੱਕ ਵਾਰੀ ਨਾ ਬਾਪੂ ਨਾਲ ਗੱਲ ਕਰਕੇ ਜ਼ਰੂਰ ਦੱਸੀ ਠੀਕ ਹੈ
ਠੀਕ ਹੈ ਪੁੱਤ। ਤੇ ਤੂੰ ਬੈਠ, ਮੈਂ ਰੋਟੀ ਬਣਾ ਲਿਆਉਣੀ। ਚੰਗਾ ਚੱਲ, ਚੰਗਾ ਲੈ ਯਾਰ ਰੋਟੀ। ਲੈ ਦੱਸ, ਅੱਡ ਵਿੱਡ ਵੀ ਕਰਤੇ, ਆ ਕਿਚ ਕਿਚ ਨਾ ਇਹਨਾਂ ਦੀ ਮੁੱਕੀ। ਚੱਲ ਕੋਈ ਨਾ, ਕਰਦੀ ਇਹਦੇ ਬਾਪੂ ਨਾਲ ਗੱਲ। ਹਾਂ ਮੈਂ ਤਾਂ ਟੌਰ ਨਾਲ ਬੈਠੀ ਹਾਂ ਨਾ, ਬਹੁਤ ਸੌਖੀ ਹਾਂ ਮੈਂ। ਆ ਦੇਖ ਲਾ, ਆਪਾਂ ਚੰਗੇ ਭਲੇ ਅੱਡ ਵਿੱਡ ਕਰਤੇ ਸੀ, ਇਹਨਾਂ ਦਾ ਕੰਜਰ ਕਲੇਸ਼ ਤਾਂ ਨਿਬੜਦਾ ਹੀ ਨਹੀਂ ਹੈਗਾ। ਹੁਣ ਕੀ ਹੋ ਗਿਆ? ਹੁਣ ਕੀ ਹੋ ਗਿਆ? ਆ ਛੋਟੀ ਨੇ ਸੰਭਰਿਆ ਹੋਣਾ ਗਾ, ਉਹ ਵੱਡੀ ਉਧਰ ਪੱਠੇ ਕੁਤਰਨ ਗਈ, ਉਵੇਂ ਖਲਿਆਰਾ ਪਾ ਕੇ ਆ ਗਈ। ਉਹ ਕਹਿੰਦੀ ਦੇਖ ਲਾ ਮਾਂ, ਐਂ ਕਰਦੀ ਆ, ਬਹੁਤ ਕਰਦੀ, ਇਹਨਾਂ ਤਾਂ ਲੋਟ ਹੀ ਨਹੀਂ ਆਉਂਦਾ ਹੈਗਾ। ਮੈਂ ਤਾਂ ਕਹਿੰਦੀ ਇਹਨਾਂ ਦਾ ਜਲਦੀ ਘਰ ਜਾ ਪਵਾ ਦੇ, ਆ ਕੰਜਰ ਕਲੇਸ਼ ਨਿਬੜੇ। ਉਹ ਘਰ ਤਾਂ ਪਵਾ ਦਾਂਗੇ, ਉਹ ਪੱਠੇ ਵਾਲੇ ਕੋਲ ਗਿਆ ਸੀਗਾ ਹੁਣ। ਉਹ ਪੱਠੇ ਵਾਲਾ ਕਹਿੰਦਾ ਮਾੜਾ ਜਿਹਾ ਜਿੱਥੇ ਇੰਨਾ ਚਿਰ ਖੜ ਗਿਆ, 20 ਦਿਨ ਉਹ ਖੜ ਜਾ, 20 ਦਿਨਾਂ ਨੂੰ ਥੋੜਾ ਜਿਹਾ ਇੱਟ ਦਾ ਫਰਕ ਪੈ ਜੂ, ਕਹਿੰਦਾ ਤੇਰਾ ਵੀ 50-60 ਹਜ਼ਾਰ ਦਾ ਫਾਇਦਾ ਹੋ ਜੂਗਾ ਇੰਨੇ ਨਾਲ। ਹਾਂ ਚੱਲ, ਕਿੱਥੇ ਇਹਨਾਂ ਦੇ ਲੰਘੇ, 20 ਦਿਨ ਹੋਰ ਲੰਘ ਜਾਣਗੇ। ਆ ਛੋਟੀ ਬਥੇਰਾ ਕੁਛ ਕਹਿ ਕੇ ਗਈ ਹੈ ਹੁਣ, ਮਾਂ ਛੇਤੀ ਕਰੋ, ਸਾਨੂੰ ਤਾਂ ਇਹ ਘਰੋਂ ਕੱਢਣ ਨੂੰ ਫਿਰਦੇ ਆ, ਸਾਡਾ ਤਾਂ ਘਰ ਪਵਾ ਦੇ ਹੁਣ। ਉਹ ਇਹਨਾਂ ਨੇ ਤਾਂ ਕਹਿਣੀ ਆ ਜਦੋਂ ਕਿਹਾ ਸੀਗਾ, ਕੀ ਕੀਤਾ ਯਾਰ। ਚੱਲ ਕੋਈ ਗੱਲ ਨੀ, ਮੈਂ ਕਰਦਾ ਜੁਗਾੜ ਕੋਈ। ਲੈ ਜੁਗਾੜ ਕੀ, ਤੂੰ ਕਰ ਹੱਲ, ਕਰ ਮੁੰਡੇ ਨਾਲ ਵੱਡੇ ਨਾਲ ਗੱਲ ਵੀ, ਕਦੋਂ ਭਾਈ ਤੂੰ ਕਹੇ ਦਿੰਦਾ ਪੈਸੇ ਪੂਸੇ। ਚੱਲ ਆ ਜਾਂਦੇ ਉਹਨੂੰ ਕੰਮ ਤੋਂ, ਅੱਜ ਉਹਨੂੰ ਪੁੱਛ ਦਾਂਗਾ, ਪਤਾ ਲੱਗ ਜੂ ਕੀ ਬੋਲਦਾ ਨਾਲੇ ਉਹ। ਚੱਲ ਠੀਕ ਆ, ਰੋਟੀ ਲੈਣ ਗਈ ਸੀ ਮੈਂ, ਦੇਖਦੀ ਆ। ਉਹ ਮੈਨੂੰ ਤਾਂ ਐਂ ਸੀਗਾ ਵੀ ਚੱਲ ਇਹ ਉਹ ਆਦਾ ਕਰਨਗੇ, ਆਦਾ ਕਰਨਗੇ, ਰੌਲਾ ਨਿਬੜ ਜੂਗਾ। ਮੈਨੂੰ ਕੋਈ ਤਾਂ ਮਾੜੀ ਮਾੜੀ ਗੱਲ 'ਤੇ ਇਹਨਾਂ ਦਾ ਐਂ ਚੱਲੀ ਜਾਊਗਾ। ਮੁਸ਼ਕਲ ਹੈ ਇਹਨਾਂ ਦੇ ਤਾਂ। ਚੱਲ ਠੀਕ ਆ, ਖਾ ਲਾ ਮੈਂ ਰੋਟੀ, ਲਿਆ ਕੇ ਦੇਵਾਂ ਤੇ ਰੋਟੀ। ਬਸ ਰੋਟੀਆਂ ਕਿੱਥੇ ਲੰਘਦੀਆਂ ਜਦੋਂ ਇਹੋ ਜਿਹੀ ਗੱਲ ਸੁਣ ਲਵੇ, ਇਹ ਹੋਰ ਪੰਗਾ ਪਾਤਾ ਮੈਨੂੰ ਇਹੋ ਜਿਹਾ ਲਾਏ। ਚੱਲ ਕੋਈ ਗੱਲ ਨਹੀਂ, ਚੱਲ ਘਰ ਤਾਂ ਪਾਉਣੀ ਪਊਗਾ। ਫਿਰ ਅੱਜ ਪਹਿਲਾਂ ਮੁੰਡੇ ਨਾਲ ਗੱਲ ਕਰਦਾ ਕੀ ਕਹਿੰਦਾ, ਉਹਦਾ ਮੂੰਹ ਸੁੰਘ ਕੇ ਫਿਰ ਦੇਖਦੇ ਹਾਂ ਕੀ ਬਣਦਾ ਗਾ। ਪਤੀ ਲੈਣਾ ਹੋਰ ਮਾਸੀ, ਠੀਕ ਹੈ ਤਗੜੀਆਂ? ਹਾਂ ਪੁੱਤ ਆ ਜਾ, ਨੰਗਿਆ ਵਧੀਆ ਤਗੜੀਆਂ। ਹੋਰ ਤੂੰ ਦੱਸ ਕੀ ਹਾਲ ਆ, ਕਿਵੇਂ ਆਈ ਅੱਜ? ਮਾਸੀ ਮੈਂ ਤਾਂ ਤੇਰਾ ਪਤਾ ਲੈਣਾ ਸੀ, ਮੈਂ ਸੁਣਿਆ ਤੂੰ ਦੋਨੇ ਨੂੰ ਅੱਡ ਕਰਤੀਆਂ, ਨਾਲੇ ਘਰ ਵੀ ਵੰਡਤੇ। ਮੇਰੀ ਗੱਲ ਸੁਣ ਲਾ, ਅਸੀਂ ਆਪਦੇ ਘਰ ਦੇ ਵਿੱਚ ਜੋ ਮਰਜ਼ੀ ਕਰੀਏ, ਠੀਕ ਹੈ? ਬਾਹਰਲੇ ਬੰਦੇ ਨੂੰ ਸਾਡੇ ਘਰ ਦੇ ਵਿੱਚ ਦਾਖਲ ਦਰਜ ਦੀ ਕੋਈ ਲੋੜ ਨਹੀਂ ਹੈਗੀ। ਮੈਂ ਕੀ ਕਹਦਾ ਭਲਾ ਮਾਸੀ, ਤੂੰ ਤਾਂ ਜੋ ਹੀ ਗਰਮ ਹੀ ਫਿਰਦੀ ਆ। ਤੈਨੂੰ ਦੇਖ ਕੇ ਤਾਂ ਨਾ ਮੈਨੂੰ ਉਹੀ ਗਰਮੀ ਚੜ ਜਾਂਦੀ ਆ, ਨਾਲੇ ਘਰੇ ਵੀ ਬਹਿ ਜਾ ਕਰ, ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਂਦੀ ਫਿਰਦੀ ਆ। ਨਾਲੇ ਨਾ ਚੁੱਪ ਕਰਕੇ ਲੰਘ ਜਾ, ਇਹਦਾ ਬਾਪੂ ਆਗੂਗਾ, ਆ ਗਿਆ ਨਾ ਤੇ ਮੈਨੂੰ ਬੋਲੂਗਾ ਵੀ ਇਹਨੂੰ ਘਰੇ ਕਿਉਂ ਮਾੜਿਆ। ਨਾ ਮਾਸੀ ਮੈਂ ਤੇਰੇ ਘਰੇ ਕੀ ਲੈਣ ਆਉਣੀ ਸੀ ਭਲਾ, ਥੋੜੀ ਥੋੜੀ ਨੂੰ ਮੇਰੇ ਤੋਂ ਪ੍ਰੈਸ ਲੈ ਕੇ ਆਈ ਸੀ। ਪ੍ਰੈਸ ਲੈ ਕੇ ਆਈ ਸੀ? ਜਾ ਭਲਾ, ਉਹਨੂੰ ਕਿੱਥੇ ਆ? ਅੰਦਰ ਹੀ ਹੋਣੀ ਆ ਰਸੋਈ ਚ। ਲੈ ਜਾ ਪ੍ਰੈਸ ਆਪਦੀ, ਨਾਲ ਦੀ ਨਾਲ ਲੰਘ ਜੀ ਆਪਦਾ। ਕੋਈ ਨੀ, ਸੂਹਾਂ ਲੈਂਦੀ ਫਿਰਦੀ ਆ, ਕਿਹੜੀਆਂ ਪ੍ਰੈਸਾਂ। ਲੈ ਕਰੀ ਆ ਪ੍ਰੀਤੀ? ਹਾਂ ਭੈਣੇ ਕਰੀ ਆ। ਬਹਿ ਜਾ ਮੰਜੇ ਤੇ। ਹੋਰ ਠੀਕ ਹੈ? ਹਾਂ ਠੀਕ ਆ, ਤੂੰ ਦੱਸ? ਠੀਕ ਆ। ਪ੍ਰੈਸ ਲੈਣ ਆਈ ਸੀ? ਓਹੋ, ਮੈਂ ਤਾਂ ਹਲੇ ਕੱਪੜੇ ਪ੍ਰੈਸ ਵੀ ਨਹੀਂ ਕੀਤੇ। ਚੱਲ ਕੋਈ ਨੀ ਭੈਣੇ, ਪ੍ਰੈਸ ਤਾਂ ਸ਼ਾਮ ਨੂੰ ਫੜਾ ਜੀ, ਨਾਲੇ ਮੈਂ ਸੁਣਿਆ ਤੁਹਾਡੀ ਸੱਸ ਨੇ ਦੋਵਾਂ ਨੂੰ ਅੱਡ ਕਰਤਾ। ਭੈਣੇ ਸੁਣਿਆ ਤਾਂ ਤੂੰ ਸਹੀ ਆ, ਬੇਬੇ ਬਾਪੂ ਨੇ ਸਹੀ ਕੀਤਾ ਸਾਡੇ ਨਾਲ ਅਲੱਗ ਕਰ ਦਿੱਤਾ। ਉਹ ਤੈਨੂੰ ਪਤਾ ਵੱਡੀ ਕੋਈ ਕੰਮ ਕਰਕੇ ਰਾਜੀ ਨਹੀਂ ਸੀ, ਸਾਰਾ ਕੰਮ ਮੈਂ ਕਰਦੀ ਸੀਗੀ, ਵਧੀਆ ਕੀਤਾ ਸਾਨੂੰ ਅੱਡ ਕਰਤਾ। ਸੱਚ ਘਰ ਤੋਂ ਯਾਦ ਤੈਨੂੰ ਕਿਹੜਾ ਕਰ ਦਿੱਤਾ? ਆਹੀ ਜਿਹੜੇ ਤੇ ਤੂੰ ਬੈਠੀ ਆ। ਬੂ ਮੈਂ ਮਰ ਜਾ, ਤੁਹਾਨੂੰ ਆ ਕਰ ਦਿੱਤਾ ਸਾਰੀ ਉਮਰ ਦਾ ਖੱਟਿਆ ਕਮਾਇਆ। ਹੋਰ ਭੈਣੇ, ਬੁੜਾ ਬੁੜੀ ਨੇ ਤੈਨੂੰ ਧੱਕਾ ਕੀਤਾ, ਵੱਡਾ ਤਾਂ ਸਰਕਾਰੀ ਮੁਲਾਜ਼ਮ ਲੱਗਿਆ, ਤੁਸੀਂ ਦਿਹਾੜੀ ਮਜ਼ਦੂਰੀ ਕਰਦੇ ਹੋ, ਤੁਸੀਂ ਕਿਵੇਂ ਘਰ ਪਾਲੋਗੇ? ਮੈਨੂੰ ਲੱਗਦਾ ਤੇਰਾ ਦਿਮਾਗ ਘੱਟ ਕੰਮ ਕਰਦਾ, ਤੂੰ ਕੁਛ ਬੋਲੀ ਨੀ। ਮੈਂ ਕੀ ਬੋਲਦੀ, ਮੇਰਾ ਬੰਦਾ ਕੁਛ ਬੋਲ ਨਹੀਂ ਸਕਿਆ, ਮੈਂ ਕੁਛ ਕਰ ਨਹੀਂ ਸਕੀ, ਮੈਨੂੰ ਤਾਂ ਜਿਹੋ ਜਿਹਾ ਦੇ ਤਾ ਬਸ ਠੀਕ ਆ। ਚਲੋ ਚੁੱਪ ਕਰ ਜੀ, ਗੱਡੀ ਆ ਰਹੀ ਆ।
ਤੁਸੀਂ ਕੀ ਬਣਾਈ ਜਾਂਦੇ ਹੋ? ਹਜੇ ਤਾਂ ਕੋਈ ਤਿਆਰੀ ਨਹੀਂ, ਭਾਵੇਂ ਜਾ ਕੇ ਦੇਖਦੀ ਹਾਂ ਕੀ ਲਿਆਂਦਾ। ਅੱਛਾ, ਨਾ ਸੱਚ ਜੇ ਤੁਹਾਨੂੰ ਅੱਡ ਹੀ ਕਰਤਾ ਫਿਰ ਸਾਰਾ ਕੁਛ ਅੱਡ ਹੀ ਰੱਖਣਾ ਉਹਦਾ, ਕੱਪੜੇ ਵੀ ਤੇਰੇ ਵਿਹੜੇ ਸੁੱਕਣੇ ਪਾਉਣਗੀ ਆ। ਪਹਿਲਾਂ ਤੋਂ ਹੀ ਸਾਰਾ ਕੁਛ ਇਕੱਠਾ ਸੀ ਨਾ। ਨਾ ਜੇ ਤੁਹਾਨੂੰ ਅੱਡ ਹੀ ਕਰਤਾ ਤੇਰੇ ਵਿਹੜੇ ਚ ਕੀ ਲਾਉਣਾ ਆਉਂਦੀ, ਤੁਹਾਡੇ ਵਿਹੜੇ ਤਾਂ ਗੰਦ ਪਾ ਰੱਖਿਆ ਦੇਖੀ, ਮਾੜਾ ਮੋਟਾ ਦੇਖੀ, ਕਿੱਡੀ ਸਫਾਈ ਕਰ ਰੱਖੀ, ਕਿਤੇ ਇੱਕ ਢੱਕਣ ਦੇਖਿਆ ਮੈਂ ਤਾਂ ਇਹਨਾਂ ਦੀ। ਨਹੀਂ ਅੜੀਏ, ਜਦੋਂ ਬੁੜਾ ਬੁੜੀ ਨੇ ਸਭ ਕੁਛ ਕਰਤਾ ਹੁਣ ਫਿਰ ਮੈਂ ਕੀ ਕਰ ਸਕਦੀ? ਆ ਇੱਕ ਮੇਰਾ ਬੁੱਜੜ ਜਾਂ ਘਰ ਵਾਲਾ ਹਨਾ, ਨਾ ਇਹ ਕੁਛ ਬੋਲਦਾ ਨਾ ਕਰਦਾ, ਜੇ ਅੱਜ ਨੂੰ ਬੋਲਦਾ ਤੇ ਅੱਜ ਨੂੰ ਆ ਘਰ ਸਾਡਾ ਨਾ ਹੁੰਦਾ। ਮੈਂ ਤਾਂ ਨਾ ਅੱਕੀ ਪਈ ਆ। ਨਾ ਕਿਉਂ ਨਹੀਂ ਕਰ ਸਕਦੀ ਕੁਛ ਤੂੰ? ਜੇ ਤੇਰੀ ਥਾਂ ਤੇ ਮੈਂ ਹੁੰਦੀ ਨਾ, ਹੁਣ ਬੁੜਾ ਬੁੜੀ ਦਾ ਖਲਾਰਾ ਪਾਇਆ ਹੁੰਦਾ, ਚੱਕ ਕੇ ਸਾਰਾ ਸਮਾਨ ਬਾਹਰ ਮਾਰਦੀ। ਜੇ ਇੰਨੀ ਹਿੰਮਤ ਮੇਰੇ ਚੋਂ ਹੁੰਦੀ ਤੇ ਅੱਜ ਨੂੰ ਮੈਂ ਇੱਥੇ ਬੈਠੀ ਹੁੰਦੀ। ਨਾਲੇ ਭੈਣੇ ਮਾੜੀ ਮੋਟੀ ਹਿੰਮਤ ਰੱਖ, ਬੋਲਿਆ ਕਰ, ਜੇ ਮਾੜੇ ਮੋਟੇ ਬੋਲਣ ਲੱਗ ਗਈ ਨਾ ਬੁੜਾ ਬੁੜੀ ਤੇਰੇ ਅੱਗੇ ਪਿੱਛੇ ਭੱਜਿਆ ਕਰਨਗੇ। ਨਾਲੇ ਤੇਰਾ ਘਰ ਵਾਲੇ ਕੁਛ ਨਹੀਂ ਬੋਲਦਾ, ਉਹ ਤਾਂ ਕੁਛ ਬੋਲ ਸਕਦੀ ਆ, ਕਿੰਨੀ ਕੁ ਉਮਰ ਸਾਰੀ ਇਹ ਗੰਦ 'ਚ ਕੱਢ ਲੇਂਗੀ ਤੂੰ? ਸਹੀ ਕਹਿੰਦੀ ਆ ਭੈਣੇ ਤੂੰ, ਜੇ ਅੱਜ ਨੂੰ ਮੈਂ ਬੋਲਦੀ ਨਾ ਤੇ ਮੈਂ ਅੱਜ ਨੂੰ ਇੱਥੇ ਨਾ ਬੈਠੀ ਹੁੰਦੀ। ਚਲ ਭੈਣੇ ਮੈਂ ਜਾਣੀ ਆ, ਤੇਰੀ ਬੁੜੀ ਆ ਗਈ ਤਾਂ ਮੇਰੇ ਖੱਤ ਪੈ ਜੂਗੀ, ਮੇਰੀ ਪ੍ਰੈਸ ਫੜਾ ਦੀ ਸ਼ਾਮ ਨੂੰ। ਚੰਗਾ। ਬਾਏ। ਲਿਆ ਪੁੱਤ ਰੋਟੀ ਬਣ ਕੇ ਤਾਂ ਖਾਈ ਲੈਣੇ ਆ ਫਿਰ। ਲੈ ਬਾਪੂ ਹੁਣ ਮੈਂ ਰੋਟੀ ਦਾ ਠੇਕਾ ਲੈ ਰੱਖਿਆ ਤੁਹਾਡਾ, ਕਦੇ ਤੁਸੀਂ ਉਹ ਵੱਡੀ ਕੋਲ ਵੀ ਤਾਂ ਜਾ ਕੇ ਖਾ ਲਿਆ ਕਰੋ। ਪੁੱਤ ਤੂੰ ਆ ਕੀ ਬੋਲੀ ਜਾਣੀ ਆ, ਅੱਗੇ ਤਾਂ ਤੂੰ ਮੇਰੇ ਮੂਹਰੇ ਕਿਤੇ ਬੋਲੀ ਨਹੀਂ। ਨਾ ਸਾਰਾ ਕੁਝ ਤਾਂ ਤੁਸੀਂ ਨੇ ਉਹਨਾਂ ਨੂੰ ਦਿੱਤਾ, ਆ ਮੇਰੇ ਮੱਥੇ ਮਾਰੇ ਡਿੱਗਣ ਵਾਲਾ ਘਰ, ਹਾਂ ਮੈਥੋਂ ਭਾਲਦੇ ਨੇ ਰੋਟੀਆਂ। ਅੱਜ ਨੂੰ ਮੈਂ ਬੋਲਦੀ ਨਾ ਤੇ ਉਹ ਕੋਠੀ ਅੱਜ ਨੂੰ ਮੇਰੀ ਹੁੰਦੀ, ਜੇ ਹੁਣ ਮੈਂ ਬੋਲ ਨਹੀਂ ਰਹੀ ਨਾ ਤਾਂ ਮੈਨੂੰ ਆਹ ਨਤੀਜਾ ਮਿਲ ਰਿਹਾ। ਤੁਸੀਂ ਦੋਨਾਂ ਨੇ ਨਾ ਮੇਰੇ ਭੋਲੇਪਨ ਦਾ ਫਾਇਦਾ ਚੁੱਕਿਆ। ਪੁੱਤ ਜਿੰਨੀ ਪਿਆਰੀ ਮੈਨੂੰ ਵੱਡੀ ਆ ਉਨੀ ਪਿਆਰੀ ਤੂੰ ਆ ਮੈਨੂੰ, ਪਰ ਮੈਨੂੰ ਫੈਸਲੇ ਦਾ ਪਤਾ ਸੀ ਵੀ ਜਿਹੜਾ ਮੈਂ ਫੈਸਲਾ ਕਰਤਾ ਨਾ ਮੇਰਾ ਪੁੱਤ ਚੰਨੀ ਉਹੀ ਮੰਨ ਲੂ, ਉਹ ਕਦੇ ਨਹੀਂ ਬੋਲਦਾ। ਬਾਕੀ ਗੱਲ ਇਹੀ ਗੱਲ ਆ ਕੋਠੀ ਦੀ, ਪੁੱਤ ਜੇ ਤੁਹਾਨੂੰ ਮੈਂ ਦੇ ਵੀ ਦਿੰਦਾ ਨਾ ਵੱਡਾ ਸੋਤੋਂ ਧੱਕੇ ਨਾਲ ਲੈ ਜਾਂਦਾ, ਇਹ ਗੱਲ ਦਾ ਮੈਨੂੰ ਪਤਾ ਸੀਗਾ। ਆਹੋ ਮੈਨੂੰ ਪਤਾ, ਮਿੱਠੇ ਪੁੱਛੇ ਹੀ ਆ। ਬਾਜਾ ਪੁੱਤ ਦੇਖ, ਪੁੱਤ ਮੈਂ ਕਦੇ ਵੀ ਤੈਨੂੰ ਆਦੀ ਨੂੰਹ ਨਹੀਂ ਸਮਝਿਆ, ਧੀ ਉਹੀ ਸਮਝਿਆਗਾ ਤੇ ਧੀ ਬਣਾ ਕੇ ਰੱਖੀ ਆ। ਬਾਕੀ ਸਿਰ ਸੁਣ ਲਾ ਮੈਥੋਂ ਗੱਲ ਤੂੰ, ਇਹ ਕੋਠੀ ਦੀ ਮੈਂ ਕੋਠੀ ਪੁੱਤ ਦੇਖ, ਮੈਂ ਜਾਣ ਬੁੱਝ ਕੇ ਮੈਨੂੰ ਪਤਾ ਸੀ ਵੱਡੇ ਦਾ ਆਪਣੇ ਦਾ ਸੁਭਾਅ ਹੋਰ ਆ ਤੇ ਛੋਟੇ ਦਾ ਹੋਰ ਆ, ਠੀਕ ਹੈ। ਮੈਂ ਛੋਟੇ ਨਾਲ ਕਹਿੰਦੇ ਹੁੰਦੇ ਆ ਧੀ ਪੁੱਤ ਭਾਵੇਂ ਕਿੰਨੇ ਮਰਜ਼ੀ ਹੋਣ, ਮਾਂ ਪਿਓ ਦੇ ਸਾਰੇ ਉਹਨੂੰ ਇੱਕੋ ਜਿਹੇ ਹੁੰਦੇ ਆਗੇ। ਪੁੱਤ ਰਹੀ ਗੱਲ ਕੋਠੀ ਦੀ, ਤੁਹਾਡੀ ਕੋਠੀ ਬਣੀ ਜਾਂਦੀ ਆ। ਰਹਿਣ ਦੋ ਬਾਪੂ, ਝੂਠ ਬੋਲੀ ਜਾਂਦੇ। ਆ ਲੈ ਪੁੱਤ ਤੈਨੂੰ ਪ੍ਰੂਫ ਹੀ ਚਾਹੀਦਾ ਨਾ, ਆ ਐਫਡੀ ਛੋਡੇ ਨਾ ਕਰੀ ਵੀ ਆ, ਆ ਦੇਖ ਲਾ। ਕਿਉਂ ਪੁੱਤ ਹੁਣ ਤਾਂ ਹੋ ਗਈ ਤਸੱਲੀ, ਕੋਈ ਹੋਰ ਵੀ ਪ੍ਰੂਫ ਚਾਹੀਦਾ ਕੋਈ? ਬਾਪੂ ਮੈਨੂੰ ਮਾਫ ਕਰ ਦਿਓ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ। ਨਹੀਂ ਪੁੱਤ ਇੱਥੋਂ ਗਲਤੀ ਨਹੀਂ ਹੋਈ, ਤੇਰਾ ਵੀ ਇਹ ਹੱਕ ਬਣਦਾ ਸੀ। ਬਾਪੂ ਮੈਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਗਈ ਸੀ, ਪਰ ਮੈਨੂੰ ਤੁਹਾਡੇ ਨਾਲ ਇਦਾਂ ਨਹੀਂ ਬੋਲਣਾ ਚਾਹੀਦਾ ਸੀ। ਨਹੀਂ ਪੁੱਤ ਜੋ ਘਰ ਬਾਰ ਮੂਹਰੇ ਨਾਂ ਦਿੰਦਾ ਹੋਵੇ ਨਾ ਸਭ ਨੂੰ ਹੁੰਦਾ ਹੀ ਆ ਵੀ ਮੇਰਾ ਵੀ ਘਰ ਬਾਰ ਹੋਵੇ, ਪਰ ਇਹ ਤਾਂ ਮੈਂ ਪਹਿਲੇ ਸੋਚ ਕੇ ਰੱਖੀ ਬੈਠਾ ਸੀਗਾ ਵੀ ਇਹਨਾਂ ਦਾ ਜ਼ਰੂਰ ਘਰ ਬਣੂਗਾ। ਮੈਨੂੰ ਪਤਾ ਸੀ ਚੰਨੀ ਇਹ ਘਰ ਬਾਰ ਨਹੀਂ ਬਣਾ ਸਕਦਾ। ਪੁੱਤ ਮੈਂ ਤੈਨੂੰ ਅੱਡ ਜਾਣ ਬੁੱਝ ਕੇ ਕਰਿਆ ਸੀਗਾ, ਮੈਨੂੰ ਪਤਾ ਸੀਗਾ ਉਹਨੂੰ ਨੌਕਰੀ ਦਾ ਹੰਕਾਰ ਸੀ, ਉਹ ਸਾਰਾ ਦਿਨ ਸੋਥੋਂ ਕੰਮ ਕਰਾਉਂਦੀ ਰਹਿੰਦੀ ਸੀ, ਪਰ ਮੈਨੂੰ ਤੇ ਤਰਸ ਆਉਂਦਾ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਅੱਡ ਕਰਤਾ ਸੀਗਾ, ਇਹ ਗੱਲਾਂ ਮੈਥੋਂ ਝੱਲੀਆਂ ਨਹੀਂ ਜਾਂਦੀਆਂ ਸੀਗੀਆਂ। ਬਾਪੂ ਮੈਨੂੰ ਮਾਫ ਕਰ ਦੇ, ਮੈਂ ਤੁਹਾਨੂੰ ਕਦੇ ਸਮਝ ਨਹੀਂ ਸਕੀ। ਉਹ ਪੁੱਤ ਕੋਈ ਗੱਲ ਨਹੀਂ, ਮਾਫੀ ਵਾਲੀ ਕੀ ਗੱਲ ਆ ਗਈ,
ਆ ਦੇਖ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਸਵਾਦ ਆਉਂਦਾ ਪੁੱਤ। ਮੈਂ ਤੁਹਾਡੇ ਵਾਸਤੇ ਨਾ ਸਾਰਾ ਕੁਛ ਕਰਕੇ ਰੱਖੇ ਬੈਠਾ ਸੀ, ਇਹ ਗੱਲ ਦਾ ਮੈਨੂੰ ਪਤਾ ਸੀ ਇੱਕ ਨਾ ਇੱਕ ਦਿਨ ਗੱਲ ਸਾਹਮਣੇ ਆਊਗੀ। ਕੋਈ ਗੱਲ ਨੀ ਪੁੱਤ, ਮੈਂ ਤੁਹਾਡੀ ਨਾ ਹੁਣ ਮੇਰੀ ਧੀ ਮੈਂ ਤੁਹਾਨੂੰ ਵਧੀਆ ਕੋਠੀ ਬਣਾ ਕੇ ਦਿਉ, ਤੂੰ ਫਿਕਰ ਨਾ ਕਰ ਮੇਰੀ ਧੀ। ਆਹੋ ਠੀਕ ਆ ਬਾਬਾ, ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਂਦੀ ਹਾਂ।